Mr. Singh Productions presents. Vaheguru Sahib Jiyo Ek Oankar Satnam Karta Purkh Nirpao Nirvair Akal Murti Ajuni Sai Pangur Prasad Jab Aad Sach Yug Aad Sach ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ ਪੂਰਨ ਦੇਖਿਓ ਆਤਮਾ ਦੁਆ ਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੀ ਤੇ ਪਦ ਨਮੋ ਹਮਾਰ ਬੇਸ ਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਹੀਦਾਂ ਦੇ ਪਾਵਨ ਅਸਥਾਨ ਗੁਰਦੁਆਰਾ ਜੋਤੀ ਸਰੂਪ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਉਹਨਾਂ ਅਮਰ ਸ਼ਹੀਦਾਂ ਦੀ ਪਾਵਨ ਧਰਤੀ ਦੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਮਤ ਬਦਿਆਲਾ ਜਥਾ ਰੰਧਾਵਾ ਦੇ ਅਸਥਾਨ 'ਤੇ ਸ਼ਹੀਦਾਂ ਦੀ ਯਾਦ ਮਹਾਂਪੁਰਖ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਮਹਾਂਪੁਰਸ਼ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਔਰ ਸੰਤ ਬਾਬਾ ਹਰਨੇਕ ਸਿੰਘ ਜੀ ਜਿਨ੍ਹਾਂ ਨੂੰ ਲੰਗਰਾਂ ਦੀ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਲੰਗਰਾਂ ਦੀ ਸੇਵਾ ਦੇ ਮਹਾਨ ਸੇਵਾਦਾਰ ਮਹਾਂਪੁਰਸ਼ ਔਰ ਸਮੂਹ ਜਥਾ ਅਤੇ ਸਾਰਿਆਂ ਨੇ ਰਲ ਮਿਲ ਕੇ ਆਪ ਜੀ ਦੇ ਸਹਿਯੋਗ ਦੇ ਨਾਲ ਇਹਨਾਂ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ 365 ਰਾਤਾਂ ਦੇ ਵਿੱਚੋਂ ਇੱਕ ਰਾਤ ਉਹਨਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਬਤੀਤ ਕਰਨ ਦਾ ਜੋ ਸੰਕਲਪ ਲਿਆ ਕਈ ਸਾਲ ਤੋਂ ਅਤੇ ਉਹਦੇ ਵਿੱਚ ਗੁਰਸਿੱਖ ਦੂਰ ਦੁਰਾਡੇ ਤੋਂ ਆ ਕੇ ਜਿਸ ਢੰਗ ਦੇ ਨਾਲ ਹਿੱਸਾ ਪਾ ਰਹੇ ਹੈ ਹਰ ਸਾਲ ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਕੇ ਲਾਲਾਂ ਦਾ ਦਰਦ ਹੈ ਉਹਨਾਂ ਦੀ ਉਸ ਮਹਾਨ ਕੁਰਬਾਨੀ ਹਿਰਦੇ ਵਿੱਚ ਲੈ ਕੇ ਉਹਨਾਂ ਨੂੰ ਯਾਦ ਕਰਨ ਵਾਸਤੇ ਅਤੇ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਧਰਮ ਦੀ ਰੱਖਿਆ ਵਾਸਤੇ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਸ ਅਸਥਾਨ 'ਤੇ ਸਾਰੀ ਰਾਤ ਉਹਨਾਂ ਦੀ ਯਾਦ ਵਿੱਚ ਸਜੇ ਹੋਏ ਦੀਵਾਨ ਵਿੱਚ ਆਪ ਗੁਰੂ ਪਿਆਰੇ ਉਹ ਗੁਰਸਿੱਖ ਬੈਠੇ ਹੋ ਜਿਨ੍ਹਾਂ ਦੇ ਮਾਣ 'ਤੇ ਮੇਰੇ ਪਾਤਸ਼ਾਹ ਹਜ਼ੂਰ ਨੇ ਕਿਹਾ ਸੀ ਸੁਖੀ ਵਸੈ ਮੋਰੋ ਪਰਿਵਾਰਾ ਸਾਨੂੰ ਆਪਣਾ ਪਰਿਵਾਰ ਕਿਹਾ ਸਾਨੂੰ ਆਪਣਾ ਪਰਿਵਾਰ ਬਣਾਇਆ ਇਨ ਪੁੱਤਰਨ ਕੇ ਸੀਸ ਪਰ ਪੁੱਤਰ ਕਿਹਾ ਸਾਨੂੰ ਬਾਹਰ ਦੀਏ ਸੁੱਤ ਚਾਰ ਅੰਦਰ ਝਾਤੀ ਮਾਰ ਕੇ ਦੇਖੋ ਕਿ ਸਾਡੇ ਵਾਸਤੇ ਚਾਰ ਪੁੱਤਰ ਬਾਰੇ ਹੈ ਅਤੇ ਉਹਨਾਂ ਪੁੱਤਰਾਂ ਵਰਗਾ ਗੁਰੂ ਕੇ ਲਾਲਾਂ ਵਰਗਾ ਇੱਕ ਵੀ ਕੋਈ ਸੰਸਾਰ ਦੇ ਅੰਦਰ ਰਾਜਿਆਂ ਮਹਾਰਾਜਿਆਂ ਅਵਤਾਰੀ ਪੁਰਖਾਂ ਦੇ ਘਰ
ਇਹਾ ਜਿਹਾ ਕੋਈ ਲਾਲ ਜੰਮਿਆ ਅੱਜ ਤੱਕ ਬਾਬਾ ਫਤਿਹ ਸਿੰਘ ਸਾਹਿਬ ਵਰਗਾ, ਬਾਬਾ ਜ਼ੋਰਾਵਰ ਸਿੰਘ ਸਾਹਿਬਾਜ ਦਾ, ਅਤੇ ਉਹਨਾਂ ਸ਼ਹੀਦਾਂ ਦੀ ਪਾਵਨ ਯਾਦ ਹੈ ਇਤਿਹਾਸ ਸਰਵਣ ਕਰਾ ਰਹੇ ਸਨ। ਸਿੱਖ ਕੌਮ ਦੇ ਉੱਘੇ ਪ੍ਰਚਾਰਕ ਇਹ ਨਿੱਕੇ ਨਿੱਕੇ ਹੁੰਦੇ ਸਨ ਬੱਚੇ, ਜਦੋਂ ਦੀ ਭਾਈ ਮਹਿਲ ਸਿੰਘ ਦੇ ਨਾਲ ਜਾਣ ਪਹਿਚਾਣ ਹੈ, ਔਰ ਕਿਵੇਂ ਬਾਣੇ ਦੇ ਵਿੱਚ ਹੀ ਆਪਣੀ ਵਿੱਦਿਆ ਜਿਹੜੀ ਸੰਸਾਰਕ ਵਿੱਦਿਆ ਲੈਣ ਲਈ ਵੀ ਇਸੇ ਬਾਣੇ 'ਚ ਜਾਂਦੇ ਰਹੇ। ਕੁਛ ਪ੍ਰਚਾਰਕ ਕਿਹੜ ਵਿੱਚ ਜ਼ਬਾਨ ਦੇ ਸ਼ਬਦਾਂ ਦੇ ਨਾਲ ਪ੍ਰਚਾਰ ਕਰਦੇ ਹੈ, ਕੁਛ ਪ੍ਰਚਾਰਕਾਂ ਦਾ ਜੀਵਨ ਹੀ ਐਸਾ ਹੈ ਜਿਹੜਾ ਖੁਦ ਹੀ ਪ੍ਰਚਾਰ ਬਣ ਜਾਂਦਾ ਹੈ। ਇਸ ਜਥੇ ਦਾ ਜੀਵਨ ਵੀ ਪ੍ਰਚਾਰ ਹੈ ਅਤੇ ਇਹਨਾਂ ਦੇ ਸ਼ਬਦਾਂ ਦੇ ਵਿੱਚ ਵੀ ਗੁਰੂ ਕਾ ਪ੍ਰਚਾਰ ਹੈ। ਸੰਤ ਬਾਬਾ ਲਖਵੀਰ ਸਿੰਘ ਜੀ ਮਹਾਂਪੁਰਖਾਂ ਨੇ ਅਤੇ ਇਹਨਾਂ ਨੂੰ ਸਮੇਂ ਸਿਰ ਯਾਦ ਕਰਾਇਆ ਕਿ ਭਾਈ ਸਟੇਜ 'ਤੇ ਪਹੁੰਚ ਕੇ ਹਾਜ਼ਰੀ ਭਰੋ, ਅਤੇ ਇਸ ਤੋਂ ਪਹਿਲਾਂ ਹੋਰ ਵੀ ਗੁਰਮੁਖਾਂ ਨੇ ਸਮੇਂ ਸਮੇਂ ਅਨੁਸਾਰ ਹਾਜ਼ਰੀ ਭਰੀ ਹੈ। ਮਲੇਰਕੋਟਲੇ ਵਾਲਾ ਜਥਾ ਉਹਨਾਂ ਦੀ ਵੀ ਹਾਜ਼ਰੀ ਭਰੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ ਹੈ। ਇਤਿਹਾਸ ਦੇ ਪੰਨੇ ਪੜ੍ਹੀਏ ਤਾਂ ਸਾਹਿਬਜ਼ਾਦਿਆਂ ਦੀਆਂ 7 ਰਾਤਾਂ ਬੜੀਆਂ ਸੰਸਾਰਕ ਪੱਖ ਤੋਂ ਔਖੀਆਂ ਰਾਤਾਂ, ਬਿਫਤਾ ਦੀਆਂ ਰਾਤਾਂ ਗੁਰੂ ਕੇ ਪਰਿਵਾਰ ਅਤੇ ਗੁਰੂ ਦੇ ਛੋਟੇ ਲਾਲਾਂ 'ਤੇ ਸਨ। ਮੈਂ ਇਤਿਹਾਸ ਦੀ ਲੜੀ ਆਪ ਜੀ ਨਾਲ ਸਾਂਝੀ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਹਾਂ ਕਿ ਇੱਕ ਜੰਗ ਗੁਰੂ ਕੇ ਲਾਲਾਂ ਨੇ, ਗੁਰੂ ਕੇ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਸਾਹਿਬ ਦੇ ਮੈਦਾਨ ਦੇ ਅੰਦਰ ਲੜੀ, ਔਰ ਉਸ ਜੰਗ ਨੂੰ ਜਿੱਤਿਆ ਹੈ। ਕਿਉਂਕਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਇੱਥੇ, ਹਾਰਦਾ ਉਹ ਹੈ ਜਿਹੜਾ ਮੈਦਾਨ ਛੱਡ ਜਾਏ। ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ, ਜਿੱਤ ਮੇਰੀ ਹੋਈ ਹੈ ਤੇਰੀ ਨਹੀਂ, ਤੂੰ ਕਹਿਰ ਹੈ, ਬੁਜਦਲ ਹੈ, ਤੂੰ ਬੇਈਮਾਨ ਹੈ, ਤੇਰਾ ਮੁਹੰਮਦ ਸਾਹਿਬ 'ਤੇ ਵੀ ਕੋਈ ਈਮਾਨ ਨਹੀਂ। ਜ਼ਫਰਨਾਮਾ ਪੜ੍ਹ ਕੇ ਦੇਖੋ, ਸਾਰੀਆਂ ਵਿਚਾਰਾਂ ਪ੍ਰਾਪਤ ਹੋ ਜਾਣਗੀਆਂ। ਅਤੇ ਦੂਸਰੀ ਜੰਗ ਇੱਕ ਆਪਣੀ ਕਿਸਮ ਦੀ ਜਿਹੜੀ ਸਰਹੰਦ ਦੀ ਧਰਤੀ ਵਿੱਚ ਲੜੀ ਗਈ, ਉਹ ਵੀ ਗੁਰੂ ਕੇ ਸਾਹਿਬਜ਼ਾਦੇ ਨੇ ਜੰਗ ਲੜ ਰਹੇ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ। ਇੱਕ ਜੰਗ ਲੜੀ ਹੈ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਾਹਿਬ ਨੇ। ਫਰਕ ਸਿਰਫ ਇਤਨਾ ਹੈ ਕਿ ਉਹ ਜੰਗ ਤੋਪਾਂ ਤੀਰਾਂ ਤੇਗਾਂ ਦੀ ਹੈ, ਉਹਦੇ ਵਿੱਚ ਸ਼ਸਤਰਾਂ ਦਾ ਪ੍ਰਹਾਰ ਹੋ ਰਿਹਾ, ਉਹਦੇ 'ਤੇ ਸ਼ਸਤਰ ਜਿਸਮ ਨੂੰ ਜ਼ਖਮ ਦੇ ਰਹੇ ਨੇ, ਸਰੀਰ ਜ਼ਖਮੀ ਹੋ ਰਹੇ ਨੇ, ਅਤੇ ਦੋਨਾਂ ਪਾਸਿਆਂ ਤੋਂ ਤੀਰ ਚੱਲ ਰਹੇ ਨੇ, ਗੋਲੀਆਂ ਚੱਲ ਰਹੀਆਂ, ਤੇਗਾਂ ਚੱਲ ਰਹੀਆਂ, ਅਤੇ ਇੱਕ ਸੂਬਾ ਸਰਹੰਦੀ ਕਚਹਿਰੀ ਦੇ ਵਿੱਚ ਜੰਗ ਲੜ ਰਹੇ ਨੇ, ਅਤੇ ਉਮਰ ਦਾ ਪੂਰੀ ਗਿਣਤੀ ਮਿਣਤੀ ਕਰੀਏ ਤਾਂ ਉਹਨਾਂ ਬਰੀਕੀਆਂ ਦੇ ਵਿੱਚ ਆਪਾਂ ਸਮਾਂ ਨਾ ਇੱਧਰ ਉੱਧਰ ਕਰ ਲਈਏ। ਸਿੰਘ ਸਾਹਿਬ ਵੀ ਪੁੱਛਦੇ ਸੀ ਉਮਰ ਦੇ ਬਾਰੇ, ਅਤੇ ਦਾਸ ਨੇ ਬੇਨਤੀ ਕੀਤੀ ਸਿੰਘ ਸਾਹਿਬ ਜੀ ਵੀ ਉਮਰ 7 ਸਾਲ ਤੋਂ ਵੀ ਕੁਝ ਘੱਟ ਹੈ, ਜੇ ਪੂਰੀ ਗਿਣਤੀ ਮਿਣਤੀ ਕਰੀਏ, ਵਿਚਾਰ ਦੀ ਤੱਕੜੀ ਲੈ ਕੇ ਤੋਲੀਏ ਤਾਂ ਪੂਰੇ 7 ਸਾਲ ਨਹੀਂ ਸਨ ਬਾਬਾ ਫਤਿਹ ਸਿੰਘ ਸਾਹਿਬ ਦੇ, ਪੂਰੇ 9 ਸਾਲ ਨਹੀਂ ਹਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੇ, ਕੁਛ ਘੱਟ ਹੈ ਉਮਰ, 6 ਸਾਲ ਅਤੇ ਮਹੀਨਿਆਂ ਦੀ ਉਮਰ 9-10 ਮਹੀਨੇ ਉੱਪਰ, ਇਸ ਕਰਕੇ 7 ਸਾਲ, 8 ਸਾਲ ਕੁਝ ਮਹੀਨੇ, 9-10 ਮਹੀਨੇ, 9 ਸਾਲ, ਇਹ 7 ਅਤੇ 9 ਪ੍ਰਚਾਰ 'ਚ ਇਸੇ ਤਰ੍ਹਾਂ ਆਪਾਂ ਕਹਿੰਦੇ ਰਹਿਣਾ ਹੈ। ਅਤੇ 7 ਅਤੇ 9 ਸਾਲ ਦੇ ਗੁਰੂ ਕੇ ਲਾਲਾਂ ਨੇ ਸ਼ਬਦਾਂ ਦੀ ਜੰਗ ਲੜੀ ਹੈ, ਸ਼ਬਦਾਂ ਦੇ ਤੀਰ ਚੱਲੇ ਸੂਬਾ ਸਰਹੰਦ ਵੱਲੋਂ,
ਅਤੇ ਢਾਲ ਬਣ ਕੇ ਬਾਬਾ ਫਤਿਹ ਸਿੰਘ ਸਾਹਿਬ ਨੇ ਬਾਬਾ ਜ਼ੋਰਾਵਰ ਸਿੰਘ ਨੇ ਉਹ ਬਾਹਰ ਰੋਕੇ ਅਤੇ ਆਪਣੇ ਤਿੱਖੇ ਤੀਰ ਸ਼ਬਦਾਂ ਦੇ ਜਿਹੜੇ ਸੂਬਾ ਸਰਹੰਦ ਦੇ ਹਿਰਦੇ ਨੂੰ ਖਾ ਜਾਣ ਇਹੋ ਜਿਹੇ ਬਚਨ ਵੀ ਬੋਲੇ ਉਹ ਮੈਂ ਇਤਿਹਾਸ ਦੇ ਤੱਥ ਆਪ ਜੀ ਦੇ ਸਾਹਮਣੇ ਰੱਖਾਂਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ 1761 ਬਿਕਰਮੀ ਸੰਮਤ, ਕੁਝ ਇਤਿਹਾਸਕਾਰਾਂ ਨੂੰ 61 ਦੇ ਥਾਂ 'ਤੇ 62 ਦਾ ਭੁਲੇਖਾ ਵੀ ਹੈ, ਪਰ ਉਹਦੇ ਨਾਲ ਅਗਲਾ ਇਤਿਹਾਸ ਗੁਰੂ ਸਾਹਿਬ ਦਾ ਫਿਰ ਮੇਲ ਨਹੀਂ ਖਾਂਦਾ। ਇਹ ਇਤਿਹਾਸਕਾਰਾਂ ਦੀਆਂ ਗੁਲਝਾਂ, ਇਹਦੇ ਵਿੱਚ ਆਪਾਂ ਨੂੰ ਪੈਣ ਦੀ ਲੋੜ ਨਹੀਂ। ਅਤੇ ਇਸ ਕਰਕੇ 1761 ਬਿਕਰਮੀ ਸੰਮਤ ਹੀ ਜ਼ਿਆਦਾ ਪ੍ਰਚਲਿਤ ਹੈ। 6 ਪੋਹ ਦੀ ਰਾਤ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ। ਇਹ ਸਾਰੀ ਰਾਤ ਸਾਹਿਬਜ਼ਾਦਿਆਂ ਦੀ, ਜਿੱਥੇ ਬਾਕੀ ਦੇ ਸਾਰੇ ਗੁਰੂ ਕੇ ਪਿਆਰੇ, ਗੁਰੂ ਕਾ ਪਰਿਵਾਰ ਇਕੱਠਾ ਸੀ ਉੱਥੇ ਤੱਕ, ਪਰ ਰਾਤ ਇਹ ਵੀ ਬੜੀ ਔਖੀ ਹੈ। ਅਤੇ ਜੇ ਇਸ ਨੂੰ ਵੀ ਇਹ ਨਾ ਗਿਣਿਆ ਜਾਵੇ ਵੀ ਇਹ ਉਹਨਾਂ 7 ਰਾਤਾਂ 'ਚ ਹੈ, ਰਾਤਾਂ ਇਹਦੇ ਸਮੇਤ 7 ਬਣਦੀਆਂ, ਪਰ ਇਹ ਤੋਂ ਬਿਨਾਂ ਵੀ 7 ਬਣਦੀਆਂ ਹਨ। ਉਹਦੇ 'ਚ ਇਤਿਹਾਸ ਦੇ ਆਪਸ ਵਿੱਚ ਮਤ ਭੇਦ ਹਨ। ਸਾਹਿਬਜ਼ਾਦੇ ਆਪਣੇ ਪਿਤਾ ਤੋਂ, ਆਪਣੇ ਭਰਾਵਾਂ ਤੋਂ ਵਿਛੜ ਕੇ, ਸਿੰਘਾਂ ਤੋਂ ਵਿਛੜ ਕੇ, ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ, ਪਾਣੀ ਦੀਆਂ ਛੱਲਾਂ ਨੇ, ਪਰਿਵਾਰ ਦੇ ਵਿੱਚ 3 ਲਾਈਨਾਂ ਬਣਾ ਦਿੱਤੀਆਂ, 3 ਹਿੱਸੇ ਕਰ ਦਿੱਤੇ ਪਰਿਵਾਰ ਦੇ। ਪਰਿਵਾਰ ਦਾ ਇੱਕ ਹਿੱਸਾ ਹੈ ਜਿਸ ਦੇ 3 ਜੀਨ, ਪਰਿਵਾਰ ਦਾ ਇੱਕ ਹਿੱਸਾ ਹੈ ਜਿਸ ਦੇ 2 ਜੀਨ, ਪਰਿਵਾਰ ਦਾ ਫਿਰ ਇੱਕ ਹਿੱਸਾ ਜਿਸ ਦੇ ਵਿੱਚ 3 ਜੀਨ। ਇਹਨਾਂ ਵਿੱਚੋਂ ਸਹੀ ਸਲਾਮਤ ਪਰਿਵਾਰ ਦਾ ਇੱਕ ਹਿੱਸਾ ਜਿਹਦੇ ਵਿੱਚ ਪਰਿਵਾਰ ਦੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਗੁਰੂ ਕੇ ਪਰਿਵਾਰ ਦੇ 2 ਜੀਨ ਇਹ ਸੁਰੱਖਿਅਤ ਪਹੁੰਚੇ ਨੇ। ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ, ਬੀਬੋ ਅਤੇ ਭਾਗੋ 2 ਟਹਿਲਣਾ, ਅਤੇ ਇਹਨਾਂ ਨੇ ਕਿਸ ਤਰ੍ਹਾਂ ਮਰਦਾਮੇ ਪੇਸ਼ ਕਰਕੇ ਭਾਈ ਸਾਹਿਬ ਜੀ ਦੀ ਦੱਸੀ ਹੋਈ ਵਿਉਂਤ ਦੇ ਅਨੁਸਾਰ ਪਹਾੜ ਦੀ ਕੱਛ ਕੱਛ ਵਿੱਚ ਨੂੰ ਜਾ ਕੇ ਦਿੱਲੀ ਭਾਈ ਜਵਾਹਰ ਸਿੰਘ ਦੀ ਹਵੇਲੀ ਦੇ ਵਿੱਚ ਨਿਵਾਸ ਕੀਤਾ, ਜਿੱਥੇ ਅੱਜ ਮਾਤਾ ਦੇ ਯਾਦਗਾਰੀ ਅਸਥਾਨ ਕਾਇਮ ਹੈ। ਜਦੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਦੇ ਮੁਕਾਮ ਪਰ ਆਏ, ਇਹ ਪਰਿਵਾਰ ਦਾ ਪੂਰਾ ਹਿੱਸਾ 2 ਜੀ ਜਿਉਂ ਦੇ ਤਿਉਂ ਆ ਕੇ ਗੁਰੂ ਸਾਹਿਬ ਨੂੰ ਮਿਲੇ। ਪਰਿਵਾਰ ਦਾ ਦੂਸਰਾ ਹਿੱਸਾ ਜਿਹਦੇ ਵਿੱਚ 3 ਜੀ ਹਨ, 1 ਗੁਰੂ ਸਾਹਿਬ ਜੀ ਆਪ ਹਨ ਅਤੇ 2 ਸਾਹਿਬਜ਼ਾਦੇ। ਚਮਕੌਰ ਦੇ ਜੰਗ ਨੇ ਲੇਖਾ ਜੋਖਾ ਕਰ ਦਿੱਤਾ, ਪਰਿਵਾਰ ਦੇ ਇਸ 3 ਜਿਹੜੇ ਮੈਂਬਰ ਸਨ ਪਰਿਵਾਰ ਦੇ, ਉਹਨਾਂ ਦੇ ਵਿੱਚੋਂ 2 ਸ਼ਹੀਦ ਹੋ ਗਏ, ਅਤੇ ਗੁਰੂ ਸਾਹਿਬ ਜੀ ਆਪ ਸਹੀ ਸਲਾਮਤ ਖਾਲਸੇ ਦਾ ਹੁਕਮ ਮੰਨ ਕੇ ਆਪ ਜੀ ਤਾੜੀ ਮਾਰ ਕੇ, ਦੁਸ਼ਮਣਾਂ ਨੂੰ ਵੰਗਾਰ ਕੇ, ਸਤਿਗੁਰੂ ਮਹਾਰਾਜ ਸਾਹਿਬ ਜੀ ਜੂਝਦੇ ਹੋਏ ਉਹਨਾਂ ਦੇ ਵਿੱਚ ਦੀ ਨਿਕਲ ਗਏ। ਖਾਲਸੇ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਸਹੀ ਸਲਾਮਤ, ਤੁਹਾਡੀ ਸਲਾਮਤੀ ਖਾਲਸੇ ਦੀ ਸਲਾਮਤੀ ਹੈ। ਅਤੇ ਹੁਣ ਪਰਿਵਾਰ ਦਾ 3 ਮੈਂਬਰਾਂ ਦਾ ਇੱਕ ਛੋਟਾ ਜਿਹਾ ਜਥਾ, ਜਿਹਦੇ ਵਿੱਚ 3 ਦੇ 3 ਸ਼ਹੀਦ ਹੋ ਗਏ, ਬਾਕੀ ਬਚਿਆ ਨਹੀਂ ਕੋਈ 3 ਚੋਂ। ਉਹ ਹੈ ਪਰਮ ਪੂਜਨੀਕ ਮਾਤਾ ਗੁਜਰ ਕੌਰ, ਉਮਰ 85 ਸਾਲ ਹੈ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਉਮਰ 9 ਸਾਲ ਤੋਂ ਘੱਟ ਹੈ, ਅਤੇ ਬਾਬਾ ਫਤਿਹ ਸਿੰਘ ਜੀ, ਉਮਰ 7 ਸਾਲ ਤੋਂ ਵੀ ਘੱਟ ਹੈ, ਚਲੋ 7 ਅਤੇ 9 ਸਾਲ ਦੇ ਬੱਚੇ। ਅਤੇ ਸਰਸੇ ਦੀਆਂ ਛੱਲਾਂ ਨੇ ਗੁਰੂ ਕੇ ਪਰਿਵਾਰ ਨੂੰ 3 ਥਾਂ 'ਤੇ ਤਕਸੀਮ ਕਰ ਦਿੱਤਾ ਹੈ, ਅਤੇ ਸਭ ਤੋਂ ਜੇ ਦੇਖਿਆ ਜਾਵੇ
ਕਸ਼ਟਾਂ ਦਾ ਪਹਾੜ ਜਿਹੜਾ ਹੈ ਪਰਿਵਾਰ ਦੇ ਇਹਨਾਂ ਤਿੰਨ ਮੈਂਬਰਾਂ 'ਤੇ ਟੁੱਟਿਆ। ਸਾਡੇ ਭਾਈ ਦਰਸ਼ਨ ਸਿੰਘ ਜੀ ਜਥੇ ਦੇ ਉੱਘੇ ਵਿਦਵਾਨ ਸੱਜਣ, ਪਿਛਲੇ ਸਾਲਾਂ ਦੇ ਵਿੱਚ ਵਿਚਾਰ ਹੋਈ ਕਿ ਜੇ ਕੋਈ ਇਹ ਸਵਾਲ ਕਰੇ ਕਿ ਜੀ ਚਮਕੌਰ ਸਾਹਿਬ ਵੀ ਗੁਰੂ ਸਾਹਿਬ ਦੇ ਲਖਤੇ ਜ਼ਿਕਰ ਨੇ, ਅਤੇ ਉੱਥੇ ਇੰਨਾ ਇਕੱਠ ਨਹੀਂ ਹੁੰਦਾ ਜਿੰਨਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਚ ਹੁੰਦਾ, ਦਿਨਾਂ ਦਾ ਤਾਂ ਥੋੜ੍ਹਿਆਂ ਦਾ ਹੀ ਫਰਕ ਹੈ, ਕੀ ਕਾਰਨ ਹੈ? ਉਹ ਵੀ ਗੁਰੂ ਸਾਹਿਬ ਜੀ ਦਾ ਖੂਨ ਹੈ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਇਹ ਵੀ ਸਾਹਿਬਜ਼ਾਦੇ। ਅਰ ਇਹ ਸੱਚਾਈ ਹੈ ਕਿ ਇੱਥੇ ਦਾ ਇਕੱਠ ਜਿਹੜਾ ਹੈ ਚਮਕੌਰ ਸਾਹਿਬ ਦਾ ਇਕੱਠ, ਇਹਦੇ ਨਾਲ ਤੁਲਨਾ ਹੋ ਹੀ ਨਹੀਂ ਸਕਦੀ, ਇੰਨਾ ਇਕੱਠ ਵੱਧ ਹੁੰਦਾ ਇੱਥੇ। ਇਹ ਕੁਦਰਤ ਨੇ ਇਹਦਾ ਜਵਾਬ ਦਿੱਤਾ ਹੋਇਆ ਹੈ, ਉਹਦਾ ਕਾਰਨ ਹੈ ਸ਼ਹੀਦੀ, ਉਹ ਵੀ ਹੈ ਸ਼ਹੀਦੀ, ਇਹ ਵੀ ਹੈ, ਪਰ ਇੱਕ ਗੱਲ ਦਾ ਅੰਤਰ ਹੈ, ਚਮਕੌਰ ਸਾਹਿਬ ਦੇ ਅੰਦਰ ਦੋਨੇ ਵੱਡੇ ਸਾਹਿਬਜ਼ਾਦੇ ਦੁਸ਼ਮਣਾਂ ਦਾ ਮੁਕਾਬਲਾ ਸ਼ਸਤਰਾਂ ਨਾਲ ਕਰ ਰਹੇ ਨੇ। ਉਹਨਾਂ ਨੇ ਕਈਆਂ ਨੂੰ ਮਾਰਿਆ ਵੀ ਹੈ, ਪਰ ਬਹੁਤਿਆਂ ਨੂੰ ਮਾਰਿਆ ਹੈ, ਅਤੇ ਇਹ ਤਾਂ ਮਾਸੂਮ ਜਿੰਦਾ ਸਨ ਜਿਨ੍ਹਾਂ ਨੇ ਸਰਕਾਰ ਦਾ ਕੁੱਤਾ ਵੀ ਨਹੀਂ ਮਾਰਿਆ, ਐਡੀ ਬੇਇਨਸਾਫੀ। ਇਸ ਕਰਕੇ ਲੋਕਾਂ ਦੀ ਉਸ ਵੇਲੇ ਤੋਂ ਹਮਦਰਦੀ ਕੁਦਰਤ ਨੇ ਬਣਾਈ ਹੋਈ ਹੈ, ਅਤੇ ਜਿਨ੍ਹਾਂ ਦਾ ਕਸੂਰ ਹੈ ਕੋਈ ਨਹੀਂ, ਕਸੂਰ ਤਾਂ ਉਹਨਾਂ ਦਾ ਵੀ ਨਹੀਂ ਸੀ ਕੋਈ, ਪਰ ਸਰਕਾਰ ਦੀਆਂ ਨਜ਼ਰਾਂ 'ਚ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਵੀ ਉਹਨਾਂ ਦਾ ਉਹ ਜੀ ਲੜੇ ਨੇ, ਉਹਨਾਂ ਨੇ ਤਾਂ ਮਾਰਿਆ ਵੀ ਹੈ ਕਈਆਂ ਨੂੰ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਂ ਗੁਜਰ ਕੌਰ, ਇਹ ਤਾਂ ਮਾਤਾ ਗੁਜਰ ਕੌਰ ਜੀ ਤੂੰ ਆਪ ਦੱਸ ਸਕਦੀ ਹੈ, ਇਤਿਹਾਸਕਾਰਾਂ ਦੀ ਬਸ ਦੀ ਬਾਤ ਨਹੀਂ ਅਤੇ ਨਾ ਸਾਡੇ ਪ੍ਰਚਾਰਕਾਂ ਦੇ ਬਸ ਦੀ ਬਾਤ। ਅਸੀਂ ਬਹੁਤ ਸਾਰੀਆਂ ਗੱਲਾਂ ਕੋਲੋਂ ਬਣਾ ਕੇ ਲੋਕਾਂ ਨੂੰ ਸੁਣਾ ਦਿੰਦੇ ਹਾਂ, ਇਤਿਹਾਸਕਾਰਾਂ ਨੇ ਬਹੁਤ ਸਾਰੀਆਂ ਗੱਲਾਂ ਕੋਲੋਂ ਬਣਾ ਕੇ ਲਿਖ ਦਿੱਤੀਆਂ, ਆਖਿਰ ਪ੍ਰਚਾਰਕਾਂ ਨੇ ਕਿਤੋਂ ਤਾਂ ਸੇਧ ਲੈਣੀ ਹੁੰਦੀ ਹੈ, ਪਰ ਅਸਲ ਤਾਂ ਮਾਤਾ ਤੂੰ ਦੱਸ ਸਕਦੀਆਂ ਤੇਰੇ 'ਤੇ ਕਿਵੇਂ ਬੀਤੀ, ਇਹਨੂੰ ਹੋਰ ਕੋਈ ਨਹੀਂ ਦੱਸ ਸਕਦਾ। ਥੋੜ੍ਹਾ ਬਹੁਤ ਜਿਤਨਾ ਕਿ ਇਤਿਹਾਸ ਦੇ ਤੱਥ ਮਿਲਦੇ ਨੇ ਜਾਣਦਾਰ, ਉਹਨਾਂ ਨੂੰ ਸੇਧ ਲੈ ਕੇ ਜਿਉਂ ਅੰਧਲੇ ਹੱਥ ਟੋਹਣੀ ਉਸ ਤਰ੍ਹਾਂ ਤੁਰ ਪਈਦਾ। ਇੱਕ ਇਤਿਹਾਸਕਾਰ ਦੀਆਂ ਸਾਰੀਆਂ ਗੱਲਾਂ ਠੀਕ ਮੰਨ ਕੇ ਪ੍ਰਚਾਰ ਕਰਨ ਦੇ ਵਿੱਚ ਬਹੁਤ ਗਲਤੀਆਂ ਰਹਿ ਜਾਣਗੀਆਂ। ਅਸੀਂ ਸਟੇਜਾਂ 'ਤੇ ਬਹਿਣ ਵਾਲੇ ਆਖਿਰ ਕਈ ਵਾਰੀ ਇਹ ਗਲਤੀ ਕਰ ਬੈਠਦੇ, ਇੱਕ ਨੂੰ ਸਹੀ ਮੰਨ ਕੇ ਉਹਦੇ ਅਨੁਸਾਰ ਸਾਰਾ ਕੁਝ ਸੁਣਾ ਦਿੰਦੇ ਹਾਂ, ਪਰ ਜਦੋਂ ਅਸੀਂ ਇੱਕ ਗੁਲਦਸਤਾ ਤਿਆਰ ਕਰਨਾ ਹੋਵੇ ਤਾਂ ਫਿਰ ਕਈ ਤਰ੍ਹਾਂ ਦੇ ਫੁੱਲ ਜਿਹੜੇ ਨੇ ਉਹਦੇ ਵਿੱਚ ਲੈ ਕੇ ਗੁਲਦਸਤਾ ਬਣਾਇਆ ਜਾ ਸਕਦਾ। ਇਹ ਠੀਕ ਹੈ ਵੀ ਭਾਈ ਦੁਨਾ ਸਿੰਘ ਹੰਡੂਰੀਆ ਜਿਹੜਾ, ਇਹਦੀ ਗੱਲ ਵੀ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੋ ਰਹੀ ਹੈ, ਦੁਨਾ ਸਿੰਘ ਨੇ ਐਸਾ ਲਿਖਿਆ, ਦੁਨਾ ਸਿੰਘ ਨੇ ਐਸਾ, ਬਹੁਤ ਗੱਲਾਂ ਕੰਮ ਦੀਆਂ ਵੀ ਲਿਖੀਆਂ, ਪਰ ਬਹੁਤ ਗੱਲਾਂ ਐਸੀਆਂ ਵੀ ਲਿਖੀਆਂ ਨੇ ਜਿਹੜੀਆਂ ਗੁਰਮਤ ਤੋਂ ਬਾਹਰ ਚਲੀਆਂ ਗਈਆਂ। ਤੋ ਇਸ ਕਰਕੇ ਭਾਈ ਦੁਨਾ ਸਿੰਘ ਦੀ ਲਿਖਤ ਦੇ ਵਿੱਚ ਕੁਛ ਗੱਲਾਂ ਐਸੀਆਂ ਮਿਲਦੀਆਂ ਜਿਹੜੀਆਂ ਸੂਰਜ ਪ੍ਰਕਾਸ਼ ਦੇ ਵਿੱਚ ਨਹੀਂ ਮਿਲਦੀਆਂ, ਕੋਈ ਸੂਰਜ ਪ੍ਰਕਾਸ਼ ਐਸੀਆਂ ਮਿਲਦੀਆਂ ਜਿਹੜੀਆਂ ਭਾਈ ਦੋਨੇ ਦੇ 'ਚ ਨਹੀਂ ਮਿਲਦੀਆਂ। ਇਸ ਕਰਕੇ ਚੰਗੀ ਗੱਲ ਜਿੱਥੋਂ ਮਿਲਦੀ ਆ ਉੱਥੋਂ ਲੈ ਕੇ ਆਪਣੇ ਪ੍ਰਚਾਰ ਦਾ ਹਿੱਸਾ ਬਣਾ ਲੈਣਾ ਚਾਹੀਦਾ। ਮੈਂ ਕੁਝ ਵਿਚਾਰਾਂ ਹੰਡੂਰੀ ਦੀਆਂ, ਜਿਹਨੂੰ ਇਹ ਕਿਹਾ ਜਾਂਦਾ ਵੀ ਇਹ ਸਮਕਾਲੀ ਚਸ਼ਮਦੀਦ ਗਵਾਹ ਹੈ, ਪਰ ਪਿਆਰਾ ਸਿੰਘ ਪਦਮ ਕਹਿੰਦੇ ਨੇ ਇਹ ਸਰਸੇ ਦੇ ਕਿਨਾਰੇ ਤੋਂ ਵਿਛੜਿਆ ਹੋਇਆ, ਇਹ ਸੱਜਣ ਇੱਧਰ ਆਇਆ ਹੀ ਨਹੀਂ, ਇਹ ਉੱਪਰਲੇ ਪਾਸੇ ਨਿਕਲ ਗਿਆ ਸੀ, ਜਦੋਂ ਕਿ ਸਾਡੇ ਪ੍ਰਚਾਰ ਕਹਿੰਦੇ ਨੇ ਇਹ ਨਾਲ ਨਾਲ ਰਿਹਾ, ਐਸਾ ਨਹੀਂ ਹੈ। ਇਸੇ ਕਰਕੇ ਉਹਨੇ ਕਈ ਥਾਂ 'ਤੇ ਧੋਖਾ ਵੀ ਖਾਧਾ, ਪਰ ਬਹੁਤ ਸਾਰੀਆਂ ਗੱਲਾਂ ਠੀਕ ਕਹੀਆਂ। ਹੰਡੂਰੀਆ ਲਿਖਦਾ ਹੈ ਭਾਈ ਦੁਨਾ ਸਿੰਘ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ, ਅਤੇ ਜਦੋਂ ਸਰਸਾ ਪਾਰ ਕਰਕੇ ਕੁਝ ਬਸਤਰ ਵੀ ਸਿੱਲੇ ਹੋ ਗਏ ਅਤੇ ਹੁਣ ਮਾਤਾ ਦੇਖਦੀ ਹੈ ਪੁੱਤਰ ਵੀ ਹੈ ਨਹੀਂ, ਸਿੰਘ ਕੋਈ ਨਹੀਂ, ਧੀਆਂ ਵਰਗੀਆਂ ਜਵਾਨ ਨੂੰਹਾਂ ਦੋਨੇ ਹੈ ਨਹੀਂ, ਵੱਡੇ ਪੋਤਰੇ ਨਹੀਂ ਹਨ,
माता नूं एक भयानक शकल धारण करके बिपता डैन वर्गा मूँह अड्डी खड़ी दिस रही है किते मेरे पोतरियां दा नुकसान ना कर दे बिपता किते ना किते ममता उत्थे चल दे विच जंगल दे विच अपने पोतरियां नूं उन्हां जालमां दी नज़र तों बचाउण वास्ते माता ने यह दिन किवें बतीत करता ਇਹ ਦਿਨ ਵੀ ਬੜਾ ਔਖਾ ਸੀ ਰਾਤਾਂ ਨਾਲੋਂ ਵੀ ਭੈੜਾ ਦਿਨ ਸੀ ਇਹ ਮਾਤਾ ਗੁਜ਼ਰ ਕੌਰ ਦੇ ਉੱਤੇ ਤੇ ਮਾਤਾ ਜੀ ਨੇ ਸਾਹਮਣੇ ਇੱਕ ਵੇਖਿਆ ਦਰਿਆ ਦੇ ਕਿਨਾਰੇ 'ਤੇ ਇੱਕ ਕੁੱਲੀ ਨਜ਼ਰ ਆਈ ਰਾਤ ਪੈ ਰਹੀ ਸੀ ਸੋਚਿਆ ਵੀ ਇੱਕ ਅੱਖਾਂ ਦੀ ਕੁੱਲੀ ਹੈ ਕਿਸੇ ਦੀ ਜੇ ਮੇਰੇ ਪੋਤਰਿਆਂ ਨੂੰ ਇੱਥੇ ਜਿਸ ਦੀ ਕੁੱਲੀ ਹੈ ਉਹਨੂੰ ਜਾ ਕੇ ਮੈਂ ਕਹਾਂ ਜੇ ਕੋਈ ਪੱਥਰ ਦਿਲ ਹੋਏਗਾ ਨਹੀਂ ਜਵਾਬ ਦੇ ਦੇਗਾ ਜੇ ਕੋਈ ਇਨਸਾਨ ਹੋਏਗਾ ਤਾਂ ਇਹਨਾਂ ਬੱਚਿਆਂ 'ਤੇ ਤਰਸ ਕਰਕੇ ਕਹੇਗਾ ਵੀ ਮਾਤਾ ਜੀ ਕੋਈ ਬਾਤ ਨਹੀਂ ਜਦੋਂ ਮਾਤਾ ਜੀ ਨੇੜੇ ਗਏ ਉਹਨੇ ਸੱਜਣੇ ਖੜਾਕ ਸੁਣਿਆ ਬਾਹਰ ਨਿਕਲਿਆ ਉਹਨੇ ਕਿਹਾ ਇੱਕ ਬਿਰਧ ਮਾਤਾ ਹੈ 85 ਸਾਲ ਦੀ ਦੋ ਬੱਚੇ ਨਾਲ ਪਰ ਚਿਹਰੇ ਬੱਚਿਆਂ ਦੇ ਬੜੇ ਪ੍ਰਭਾਵਸ਼ਾਲੀ ਨੇ ਇਹ ਸੱਜਣ ਮਲਾਹ ਹੈ ਇੱਧਰ ਤੋਂ ਉੱਧਰ ਉੱਧਰੋਂ ਇੱਧਰ ਲੋਕਾਂ ਨੂੰ ਪਾਰ ਕਰਦਾ ਬੇੜੀ ਕੋਲ ਹੈ ਤਿਲਖਣ ਦਾ ਇੱਕ ਦਰਖਤ ਹੈ ਜਿਹਦੇ ਨਾਲ ਉਹਨੂੰ ਬੇੜੀ ਨੂੰ ਬੰਨ ਦਿੰਦਾ ਹੈ ਸਹਾਰਾ ਦੇਣ ਵਾਸਤੇ ਇਹਨੇ ਦੋਵੇਂ ਹੱਥ ਜੋੜੇ ਹੱਥ ਜੋੜ ਕੇ ਕਿਹਾ ਮਾਤਾ ਜੀ ਇਸ ਵਕਤ ਉੱਪਰ 'ਤੇ ਰਾਤ ਪੈ ਰਹੀ ਹੈ ਇਹ ਬੱਚੇ ਕੌਣ ਹਨ ਤੁਸੀਂ ਕੌਣ ਹੋ ਆਪਣਾ ਪਰਿਚਾ ਦਿਓ ਮਾਤਾ ਗੁਜ਼ਰ ਕੌਰ ਨੇ ਲੁਕੋਇਆ ਨਹੀਂ ਆਪਣੇ ਆਪ ਨੂੰ ਕਹਿਣ ਲੱਗੀ ਭਾਈ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਹਾਂ ਇਹ ਦੋਵੇਂ ਬੱਚੇ ਨੇ ਉਸ ਇਹ ਅਨੰਦਪੁਰ ਵਾਲੇ ਗੁਰੂ ਦੇ ਬੱਚੇ ਮੇਰੇ ਪੋਤਰੇ ਨੇ ਇਹ ਕੁਟੀਆ ਤੇਰੀ ਹੈ ਕੁੱਲੀ ਕਹਿਣ ਲੱਗੇ ਹਾਂ ਮਾਂ ਇਹਦਾ ਨਾਂ ਸੀ ਕੁੰਮਾ ਜਿਹਨੂੰ ਕਰੀਮੂ ਕਹਿਣ ਲੱਗੇ ਸੀ ਜਿਹਦਾ ਜ਼ਬਰਦਸਤੀ ਮੁਸਲਮਾਨ ਬਣਾ ਕੇ ਇਹਨਾਂ ਨੇ ਉਹਦਾ ਦੀਨ ਭ੍ਰਸ਼ਟ ਕਰ ਦਿੱਤਾ ਸੀ ਮੁਸਲਮਾਨਾਂ ਨੇ ਉਹਦੇ ਅੰਦਰ ਕਿਤੇ ਨਾ ਕਿਤੇ ਆਪਣੇ ਗਏ ਹੋਏ ਧਰਮ ਦੀ ਵੀ ਅੰਦਰ ਕਿਤੇ ਤਾਂ ਕਿਤੇ ਦਰਦ ਉੱਠਦਾ ਸੀ ਉਸ ਨੂੰ ਉਹਦੇ ਅੰਦਰ ਦਇਆ ਸੀ ਉਹਨੇ ਧਰਤੀ 'ਤੇ ਮੱਥਾ ਲਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਮਾਤਾ ਧੰਨ ਹੈ ਮੇਰੀ ਕੁਟੀਆ ਅੱਜ ਇਉਂ ਲੱਗਦਾ ਹੈ ਜਿਵੇਂ ਬਿਦਰ ਦੇ ਘਰ ਕ੍ਰਿਸ਼ਨ ਦੇ ਚਰਨ ਪੈਣ ਦੇ ਨਾਲ ਉਹਦੀ ਕੁਟੀਆ ਪਵਿੱਤਰ ਹੋ ਗਈ ਸੀ ਮਾਤਾ ਮੈਂ ਧੰਨ ਹੋ ਗਿਆ ਤੁਹਾਡੇ ਦਰਸ਼ਨ ਕਰਕੇ ਆਓ ਸੋਚਿਆ ਜਿਹਦੇ ਮਹਿਮਾਨ ਚੱਲ ਕੇ ਆਵੇ ਰੋਟੀ ਪਾਣੀ ਦਾ ਫਿਕਰ ਉਹਨੂੰ ਹੁੰਦਾ ਇਹ ਵੀ ਖਿਆਲ ਸੀ ਕਿ ਮੈਂ ਧਰਮ ਬਦਲ ਚੁੱਕਿਆ ਮੇਰੇ ਹੱਥੀਂ ਇਹ ਮਰਿਆਦਾ ਦੇ ਵੀ ਪੱਕੇ ਉਹਨੇ ਕਿਹਾ ਮਾਂ ਮੇਰੀ ਹੈ ਮੈਨੂੰ ਪਤਾ ਹੈ ਤੇਰੇ ਪੋਤਰਿਆਂ ਦਾ ਅੰਮ੍ਰਿਤ ਛਕਿਆ ਹੈ ਤੇਰਾ ਅੰਮ੍ਰਿਤ ਛਕਿਆ ਹੈ ਇਸਲਾਮ ਦੀਆਂ ਵੀ ਆਪਣੀਆਂ ਸ਼ਰ੍ਹਾਂ ਹਨ ਤੁਹਾਡੀ ਮਰਿਆਦਾ ਹੈ ਪਰ ਮਾਂ ਮੇਰੀ ਇਹ ਬੱਚੇ ਭੁੱਖੇ ਮੇਰੇ ਤੋਂ ਜ਼ਰ ਨਹੀਂ ਹੁੰਦੇ ਜੇ ਮੈਨੂੰ ਆਗਿਆ ਦੇਵੇਂ ਇਹਨਾਂ ਬੱਚਿਆਂ ਵਾਸਤੇ ਮੈਂ ਕੁਛ ਲੰਗਰ ਦਾ ਇੰਤਜ਼ਾਮ ਕਰਨਾ ਚਾਹੁੰਦਾ ਮਾਤਾ ਕਹਿਣ ਲੱਗੀ ਪੁੱਤਰ ਇਤਨੀ ਕਾਫੀ ਹੈ ਤੂੰ ਸਾਨੂੰ ਸਹਾਰਾ ਦੇ ਦਿੱਤਾ ਇੱਥੇ ਕਹਿੰਦੇ ਮਾਂ ਤੁਸੀਂ ਪੂਰੇ ਸੰਸਾਰ ਨੂੰ ਸਹਾਰਾ ਦਿੱਤਾ ਆਪਣਾ ਸੁਹਾਗ ਦੇ ਕੇ ਮੈਂ ਕੋਈ ਆਸਾਨ ਨਹੀਂ ਕਰਨ ਲੱਗਿਆ ਸਾਡੇ ਨਗਰ ਦੇ ਅੰਦਰ ਸਾਹਮਣੇ ਇੱਕ ਲਕਸ਼ਮੀ ਨਾਮ ਦੀ ਬ੍ਰਾਹਮਣੀ ਹੈ ਬੜੀ ਸੁਚਮ ਵੀ ਰੱਖਦੀ ਹੈ ਵਿਧਵਾ ਹੋ ਚੁੱਕੀ ਹੈ ਆਏ ਗਏ ਦੀ ਸੇਵਾ ਕਰਦੀ ਹੈ ਆਖਰ ਮੇਰੇ ਕੋਲ ਕਈ ਰਾਹੀ ਰਾਤ ਕੱਟਦੇ ਨੇ ਪਹਿਲਾਂ ਵੀ ਰੋਟੀ ਮੈਂ ਉਹਨਾਂ ਦੇ ਘਰਾਂ ਤੋਂ ਇੰਤਜ਼ਾਮ ਕਰਦਾ ਪਹਿਲਾਂ ਵੀ ਸਾਡਾ ਇਹ ਰਸਤਾ ਬਣਿਆ ਇਹ ਦੌੜ ਕੇ ਲਕਸ਼ਮੀ ਕੋਲ ਗਿਆ ਮਾਤਾ ਲਕਸ਼ਮੀ ਵੀ ਕੱਲ੍ਹ ਨੂੰ ਦੂਸਰੇ ਵੇਲੇ ਨਾ ਪੈ ਜਾਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਅਤੇ ਉਹਨਾਂ ਦੇ ਬੱਚੇ ਮੇਰੇ ਕੋਲ ਕਹਿਣ ਲੱਗੀ ਬੇਟਾ ਇਸ ਤਰ੍ਹਾਂ ਕਰ ਘੁੰਮੇ ਗਰਮ ਕੱਪੜੇ ਲੈ ਜਾ ਰਾਤ ਉਹਨਾਂ ਨੂੰ ਆਰਾਮ ਦੇ ਅਤੇ ਮੈਂ ਰੋਟੀ ਤਿਆਰ ਕਰਦੀ ਹਾਂ ਪ੍ਰਸ਼ਾਦਾ ਤਿਆਰ ਕਰਕੇ ਉਸ ਮਾਤਾ ਲਕਸ਼ਮੀ ਨੇ ਪ੍ਰਸ਼ਾਦਾ ਚੁਕਾ ਔਰ ਇਤਿਹਾਸ ਕਹਿੰਦਾ ਵੀ ਮਾਤਾ ਜੀ ਦੀ ਮੁੱਠੀ ਚਾਪੀ ਵੀ ਕੀਤੀ ਇਤਿਹਾਸ ਇਹ ਕਹਿੰਦਾ ਕਿ ਬੱਚਿਆਂ ਦੀ ਵੀ ਮੁੱਠੀ ਚਾਪੀ ਕੀਤੀ ਉਸ ਬੀਬੀ ਨੇ
ਉਹ ਵਾਪਸ ਘਰ ਚਲੀ ਗਈ, ਕਹਿਣ ਲੱਗੀ ਸਵੇਰੇ ਫਿਰ ਮੈਂ ਰੋਟੀ ਲੈ ਕੇ ਆਵਾਂ। ਕਹਿੰਦੇ ਕੁੰਮਾ ਮਾਛਕੀ ਇਸ ਕੁਟੀਆ ਤੋਂ ਥੋੜ੍ਹਾ ਜਿਹਾ ਪਰੇ ਹੋ ਕੇ ਗੁਰੂ ਸਾਹਿਬ ਦੇ ਬੱਚਿਆਂ ਦਾ ਹਾਲ ਦੇਖ ਕੇ ਕਹਿੰਦੇ ਸਾਰੀ ਰਾਤ ਰੋਂਦਾ ਰਿਹਾ, ਕਦੇ ਚੁੱਪ ਕਰ ਜਾਂਦਾ ਕਦੇ ਫਿਰ ਰੋਂਦਾ। ਕਹਿੰਦਾ ਮਖਮਲੀ ਗਦੈਲਿਆਂ 'ਤੇ ਪੜਨ ਵਾਲੇ ਅੱਜ ਕਿਸ ਤਰ੍ਹਾਂ ਇੱਕ ਗਰੀਬ ਦੀ ਕੁੱਲੀ ਦੇ ਵਿੱਚ ਕਿਵੇਂ ਗੁਜ਼ਾਰਾ ਕਰਨੇ, ਤਾਂ ਹਾਥੀਆਂ ਦੇ ਪਿੱਠਾਂ 'ਤੇ ਬੈਠੇ ਹੁੰਦੇ ਸੀ। ਸਮੇਂ ਦੇ ਹੇਰ ਫੇਰ, ਸਵੇਰ ਦਾ ਵਕਤ ਹੋਇਆ, ਔਰ ਇਹ ਵੀ ਲਿਖਿਆ ਜਿਹੜੀ ਧਨ ਦੀ ਖੱਚਰ ਸੀ ਨਾ, ਉਸ ਖੱਚਰ ਨੂੰ ਪੱਠੇ ਲੈ ਕੇ ਆਇਆ, ਅਤੇ ਨਾਲ ਇਹ ਵੀ ਲਿਖਿਆ ਇਤਿਹਾਸ ਵਿੱਚ ਇਰਦੋਗਿਰਦ ਆਲੇ ਦੁਆਲੇ ਸੂਹਾਂ ਲੈ ਕੇ ਆਇਆ ਕਿ ਸਿਪਾਹੀ ਕਿਤੇ ਇੱਥੇ ਫਿਰਦੇ ਤਾਂ ਨਹੀਂ ਪਾਲਦੇ ਨਾ, ਇਹ ਵੀ ਕੰਮ ਕੀਤਾ ਉਸ ਨੂੰ। ਇਹ ਰਾਤ ਕਿਸ ਹਾਲਾਂ ਦੇ ਨਾਲ ਬਤੀਤ ਕੀਤੀ ਹੈ, ਇਸੇ ਥਾਂ 'ਤੇ ਬੇਈਮਾਨ ਗੰਗੂ ਮਿਲਦਾ ਹੈ ਅਤੇ ਇਸ ਦਾ ਹੰਡੂਰੀਏ ਨੇ ਜਿਹੜਾ ਨਾਮ ਲਿਖਿਆ ਹੈ, ਅਤੇ ਗੰਗੂ ਦੇ ਦੋ ਨਾਮ ਹੋਰ ਵੀ ਲਿਖੇ ਨੇ, ਇਹ ਦੋ ਸੱਜਣ ਲਿਖੇ ਨੇ। ਮਸੰਦ ਸੀ ਇਹ, ਔਰ ਇਹ ਭਾਲ ਕਰਦੇ ਸੀ, ਗੰਗੂ ਇਸ ਤਾਕ ਵਿੱਚ ਸੀ ਕਿ ਗੁਰੂ ਦਾ ਪਰਿਵਾਰ ਦੇ ਵਿਛੜੀ ਦੀ ਸੂਹ ਮਿਲੀ ਹੈ, ਔਰ ਉਹਨੂੰ ਇਹ ਪਤਾ ਸੀ ਵੀ ਜਦੋਂ ਮੈਂ ਅਨੰਦਪੁਰ ਸਾਹਿਬ ਜਾਂਦਾ ਰਿਹਾ, ਧਨ ਪਦਾਰਥ ਖਜ਼ਾਨਾ ਸਾਰਾ ਮਾਤਾ ਗੁਜਰ ਕੌਰ ਦੇ ਹੱਥ ਵਿੱਚ ਆਉਂਦਾ ਸੀ, ਇਹਨੂੰ ਕਿਤੇ ਸੂਹ ਮਿਲ ਗਈ ਕਿ ਬਹੀਰ ਤੋਂ ਮਾਤਾ ਜੀ ਵਿਛੜ ਚੁੱਕੇ ਨੇ ਅਤੇ ਸਾਹਿਬਜ਼ਾਦੇ ਵਿਛੜ ਚੁੱਕੇ ਨੇ। ਇਹ ਬੇਈਮਾਨ ਅਸਲ ਦੇ ਵਿੱਚ ਚੱਲਿਆ ਹੀ ਬੇਈਮਾਨੇ ਨਾਲ ਸੀ, ਸਹਾਇਤਾ ਕਰਨ ਵਾਸਤੇ ਇਹ ਨਹੀਂ ਸੀ ਚੱਲਿਆ। ਇਹ ਗੱਲ ਗਲਤ ਹੈ ਜੇ ਕਹੀਏ ਵੀ ਉਹ ਧਨ ਨੂੰ ਦੇਖ ਕੇ ਜਾਂ ਘਰ ਆ ਕੇ ਬੇਈਮਾਨ, ਉਹ ਤਾਂ ਤੁਰਿਆ ਹੀ ਬੇਈਮਾਨੇ ਨਾਲ ਸੀ। ਸੂਹ ਲੈਂਦਾ ਲੈਂਦਾ, ਹੁਣ ਦੇਖੋ ਦੋ ਸੂਹੀਏ ਇਕੱਠੇ ਹੋ ਗਏ, ਇੱਕ ਤਾਂ ਕੁੰਮਾ ਮਾਸਕੀ ਫਿਰਦਾ ਸੂਹਾਂ ਲੈਂਦਾ ਵੀ ਕਿਤੇ ਕੋਈ ਤੁਰਕ ਕੋਈ ਸਿਪਾਹੀ ਕੋਈ ਕਨਸੋ ਕਿਸੇ ਪਾਸੇ ਬਹੁਤੀ ਦੂਰ ਨਹੀਂ ਹੋਏ, ਅਤੇ ਉੱਧਰ ਉਹ ਵੀ ਸੂਹ ਲੈਂਦਾ, ਫਿਰ ਦੋਨੇ ਇਕੱਠੇ ਹੋ ਗਏ, ਇੱਕ ਦੂਜੇ ਤੋਂ ਦੋਨੇ ਪੜਦਾ ਰੱਖਦੇ ਆ। ਉਹ ਕਹਿਣ ਲੱਗਿਆ ਤੂੰ ਮਲਾਹ ਹੈ, ਗੁਰੂ ਦਾ ਪਰਿਵਾਰ ਵਿਛੜਿਆ, ਪਤਾ ਲੱਗਿਆ ਕਿ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਵਿਛੜ ਗਏ। ਉਹ ਕਹਿੰਦੇ ਨਹੀਂ ਵੀ ਮੈਨੂੰ ਕੋਈ ਪਤਾ ਨਹੀਂ, ਮੈਂ ਕੀ ਜਾਣਦਾ। ਉਹ ਕਹਿਣ ਲੱਗਾ ਮੈਨੂੰ ਇੱਥੇ ਤੱਕ ਸੂਹ ਮਿਲਦੀ ਹੈ ਸੱਜਣਾ। ਉਹਨੇ ਕਹਿੰਦੇ ਵੀ ਮੈਨੂੰ ਇਹ ਦੱਸ ਵੀ ਤੂੰ ਇੰਨੀ ਦਿਲਚਸਪੀ ਨਾਲ ਜਿਹੜਾ ਗੁਰੂ ਦੇ ਪਰਿਵਾਰ ਨੂੰ ਲੱਭਦਾ, ਤੇਰੀ ਦਿਲਚਸਪੀ ਕੀ ਹੈ? ਮੈਂ ਤਾਂ ਮੁਸਲਮਾਨ ਹਾਂ, ਦੇਖੋ ਮੈਂ ਤਾਂ ਤੁਰਕਾਂ ਦਾ ਪੱਖੀ ਹਾਂ ਨਾ, ਇਹ ਤੂੰ ਤਾਂ ਮੈਨੂੰ ਹਿੰਦੂ ਲੱਗਦਾ, ਵੀ ਇਹ ਦੱਸ ਤੂੰ ਸਾਡਾ ਸਰਕਾਰ ਦਾ ਪੱਖੀ ਹੈ, ਸਾਡਾ ਪੱਖੀ ਹੈ ਕਿ ਉਹਨਾਂ ਦਾ ਪੱਖੀ ਹੈ? ਤੂੰ ਤੂੰ ਗੁਰੂ ਦੇ ਪਰਿਵਾਰ ਦਾ ਪੱਖੀ ਹੈ? ਉਹ ਕਹਿਣ ਲੱਗਾ ਵੀ ਦੇਖ ਤੂੰ ਵੀ ਸਰਕਾਰ ਦਾ ਪੱਖੀ ਨਹੀਂ ਹੈ, ਰੋਜ਼ੀ ਰੋਟੀ ਵਾਸਤੇ ਕੰਮ ਕਰ ਰਿਹਾ ਹੈ। ਦੂਸਰੀ ਗੱਲ ਇਹ ਹੈ ਵੀ ਮੈਂ ਗੁਰੂ ਦੇ ਪਰਿਵਾਰ ਦਾ ਦੁਖੀ ਨਹੀਂ ਹੈ, ਮੈਂ ਤਾਂ ਉਹਨਾਂ ਦੀ ਜਾਣ ਪਛਾਣ ਵਾਲਾ ਬੰਦਾ, ਮੈਂ ਉੱਥੇ ਜਾਂਦਾ ਹੁੰਦਾ ਸੀ, ਤੂੰ ਕਿਵੇਂ ਜਾਣ ਪਛਾਣਿਆ? ਉਹਨੇ ਪੂਰੀ ਜਾਣਕਾਰੀ ਲਈ ਹੈ। ਕਹਿਣ ਲੱਗਾ ਮੈਂ ਇਸ ਕਰਕੇ ਵੀ ਸਾਡੇ ਕੋਲ ਮਸੰਦੀ ਹੈ, ਉੱਥੇ ਇਹ ਲਿਖਿਆ ਇਤਿਹਾਸ ਵਿੱਚ, ਮੈਂ ਗੁਰੂ ਘਰ ਦੀ ਕਾਰ ਪੇਟਾ ਲੈ ਕੇ ਜਾਂਦਾ ਰਿਹਾ। ਉਹਨੂੰ ਯਕੀਨ ਹੋ ਗਿਆ, ਕਹਿਣ ਲੱਗਾ ਸੱਜਣ ਠੀਕ ਹੈ, ਫਿਰ ਮੈਂ ਤੈਨੂੰ ਜਾਣ ਕੇ ਨਹੀਂ ਸੀ ਦੱਸਿਆ, ਮਾਤਾ ਤਾਂ ਮੇਰੇ ਕੋਲ ਠਹਿਰੀ ਹੋਈ ਹੈ। ਮਾਤਾ ਗੁਜਰ ਕੌਰ ਨੂੰ ਜਾ ਕੇ ਪੁੱਛਿਆ, ਮਾਤਾ ਇਸ ਤਰ੍ਹਾਂ ਦੇ ਜੇ ਤੁਸੀਂ ਇਹਨਾਂ ਨੂੰ ਪਹਿਚਾਣਦੇ ਹੋ ਤਾਂ ਫਿਰ ਹੋਰ ਗੱਲ ਹੈ, ਫਿਰ ਮੈਨੂੰ ਵੀ ਯਕੀਨ ਹੋ ਜਾਏਗਾ। ਕਹਿਣ ਲੱਗੀ ਹਾਂ ਭਾਈ, ਇਹ ਉੱਥੇ ਆਉਂਦਾ ਹੁੰਦਾ ਸੀ ਅਤੇ ਗੁਰੂ ਦੇ ਲੰਗਰ ਦੇ ਵਿੱਚ ਸੇਵਾ ਵੀ ਕਰਦਾ ਹੁੰਦਾ ਸੀ, ਕਈ ਸਾਲ ਇਹਨੇ ਸੇਵਾ 'ਚ ਲੰਬਰ ਵੀ ਕੀਤੀ ਸੇਵਾ। ਅਤੇ ਕੁੰਮੇ ਮਾਸ਼ਕੀ ਨੇ ਕਿਹਾ ਮੇਰੀ ਘਾਲਣਾ ਥਾਂ ਪੈ ਗਈ, ਗੁਰੂ ਦੇ ਮਿਲਣ ਵਾਲਾ ਸੇਵਕਾਂ ਦੇ ਵਿੱਚੋਂ ਮਿਲ ਗਏ, ਚਲੋ ਮੈਂ ਤਾਂ ਫਿਰ ਉਪਰਾ ਹਾਂ। ਅਤੇ ਇੱਥੋਂ ਇਸਨੇ ਕਿਹਾ ਮਾਤਾ ਗੁਰੂ ਸਾਹਿਬ ਜੇ ਬਹੁਤੀ ਦੂਰ ਨਹੀਂ ਗਏ, ਇਹ ਦੇ ਸ਼ਬਦ ਸਨ, ਮੈਂ ਬੜੀ ਜਲਦੀ ਤੁਹਾਨੂੰ ਅਤੇ ਇਹਨਾਂ ਬੱਚਿਆਂ ਨੂੰ ਗੁਰੂ ਸਾਹਿਬ ਦੇ ਨਾਲ ਮੇਲ ਦਿਆਂਗਾ, ਮੈਨੂੰ ਇਹਨਾਂ ਰਸਤਿਆਂ ਦਾ ਪਤਾ ਹੈ, ਮੈਂ ਇਸ ਇਲਾਕੇ ਦਾ, ਤੁਸੀਂ ਚਿੰਤਾ ਨਾ ਕਰੋ, ਹੁਣ ਮੈਂ ਆ ਗਿਆ। ਉੱਥੋਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ, ਅਤੇ ਲੱਛਮੀ ਆਈ, ਉਸ ਨੂੰ ਲਿਖਿਆ ਸੋਨੇ ਦੀਆਂ 5 ਚੂੜੀਆਂ ਮਾਤਾ ਨੇ ਦਿੱਤੀਆਂ,
ਮਲਾਹ ਨੂੰ ਪੰਜ ਦਮੜੇ ਦਿੱਤੇ ਅਤੇ ਹੁਣ ਸਾਹਿਬਜ਼ਾਦਿਆਂ 'ਤੇ ਤੁਰਿਆ ਨਹੀਂ ਸੀ ਜਾਂਦਾ ਅਤੇ ਸਾਹਿਬਜ਼ਾਦਿਆਂ ਨੂੰ ਖੱਚਰ ਦੇ ਉੱਤੇ ਬਿਠਾਇਆ ਜਿਹੜੇ ਕਿਤੇ ਹਾਥੀ ਦੇ ਉੱਤੇ ਬੈਠਦੇ ਹੁੰਦੇ ਸਨ ਸਮੇਂ ਦੇ ਹੇਰ ਫੇਰਨ। ਕਹਿੰਦੇ ਜਦੋਂ ਮਾਤਾ ਲਈ ਜਾਂਦੀ ਹੈ ਯੋਗੀ ਅੱਲਾ ਯਾਰ ਖਾਂ ਇਹ ਬੜੀ ਦਰਦਨਾਕ ਕਹਾਣੀ ਨੂੰ ਕੁਛ ਆਪਣੇ ਢੰਗ ਨਾਲ ਲਿਖਦਾ। ਕਹਿੰਦੇ ਮਾਤਾ ਉਸ ਵੇਲੇ ਸੋਚਦੀ ਆਉਂਦੀ ਹੈ ਲੇਕਿਨ ਇਹ ਦੋ ਸਮਰ ਹੈ ਮੇਰੇ ਨੌ ਨਿਹਾਲ ਕੇ, ਬੇਟੇ ਹੈ ਦੋਨੋਂ ਸਰਵਰ ਫੌਜ ਅਕਾਲ ਕੇ। ਮੇਰੇ ਪੁੱਤਰ ਨੇ ਇੱਕ ਫੌਜ ਬਣਾਈ ਹੈ, ਅਕਾਲੀ ਫੌਜ ਬਣਾਈ ਹੈ। ਮੈਨੂੰ ਇਹ ਵੀ ਪਤਾ ਉਸ ਫੌਜ ਦੇ ਵਿੱਚ 5 ਸਾਲ ਦਾ ਬੱਚਾ ਵੀ ਭਰਤੀ ਹੋ ਜਾਂਦਾ ਅਤੇ 100 ਸਾਲ ਦਾ ਬੁੱਢਾ ਵੀ ਭਰਤੀ ਹੋ ਜਾਂਦਾ। ਖਾਲਸਾ ਉਹ ਵੀ ਸੱਚ ਸਕਦਾ, ਖਾਲਸਾ ਉਹ ਵੀ ਸੱਚਦਾ। ਲੇਕਿਨ ਜੇ ਦੋ ਸਮਰ ਹੈ ਮੇਰੇ ਨੌ ਨਿਹਾਲ ਕੇ, ਬੇਟੇ ਹੈ ਦੋਨੋਂ ਸਰਵਰ ਫੌਜ ਅਕਾਲ ਕੇ, ਰੱਖ ਕਰ ਉਹਨੇ ਕਲੇਜੇ ਮੈਂ ਆਂਖੋ ਮੈਂ ਡਾਲ ਕੇ, ਬੇਟੇ ਕੀ ਇਮਾਨਤ ਲੈ ਜਾਊਂ ਸੰਭਾਲ ਕੇ। ਮੈਂ ਆਪਣੇ ਪੁੱਤਰ ਦੀ ਇਮਾਨਤ ਸੰਭਾਲ ਕੇ ਲੈ ਜਾਵਾਂ। ਕਹਿੰਦੇ ਮਾਤਾ ਯਾਦ ਕਰਦੀ ਹੈ ਕਿ ਬੇਟੇ ਕਾ ਮਾਲ ਹੈ ਯੇ ਬਹੂ ਕੀ ਕਮਾਈ ਹੈ, ਮੇਰੀ ਅਜੀਤ ਕੌਰ ਦੀ ਸਾਰੀ ਜ਼ਿੰਦਗੀ ਦੀ ਕੁੱਖ ਦੀ ਕਮਾਈ ਹੈ, ਮੇਰੀ ਅਜੀਤ ਕੌਰ ਦੇ ਖੂਨ ਦੇ ਨਾਲ ਇਹਨਾਂ ਜਿਸਮਾਂ ਦਾ ਵਿਕਾਸ ਹੋਇਆ ਹੈ, ਔਰ ਮੇਰੇ ਪੁੱਤਰ ਦੀ ਅੰਸ ਵੰਸਨ ਬੇਟੇ ਕਾ ਮਾਲ ਹੈ ਯੇ ਬਹੂ ਕੀ ਕਮਾਈ ਹੈ, ਹੈ ਮੇਰੇ ਲਾਖ ਲੇਕਿਨ ਫਿਰ ਵੀ ਇਹ ਦੌਲਤ ਪਰਾਈ ਹੈ। ਮੇਰੇ ਪੁੱਤਰ ਹਨ, ਮੇਰੀ ਨੂੰਹ ਦੇ ਪੁੱਤਰ ਹਨ, ਮੇਰੇ ਪੁੱਤਰ ਦੇ ਹੀ ਪੁੱਤਰ ਹਨ। ਸਮਾਂ ਬਦਲ ਗਿਆ ਹੈ ਅਤੇ ਇਹ ਬੇਈਮਾਨ ਰਸਤਾ ਭੁਲਾ ਕੇ, ਇਹ ਲਿਖਿਆ ਇਤਿਹਾਸ ਵੀ ਰਸਤਾ ਭੁਲਾ ਕੇ ਜਾਣ ਕੇ ਚੱਕਰ ਦੇ ਵਿੱਚ ਪਾਇਆ ਇਹਨੇ, ਇਹ ਕਮਾਉਂਦਾ ਰਿਹਾ। ਉਹਦੇ ਵਿੱਚ ਇਤਿਹਾਸਕਾਰ ਇੱਕ ਨਵੀਂ ਗੱਲ ਕਰਦਾ ਜਿਹੜੀ ਕਿਸੇ ਇਤਿਹਾਸ ਵਿੱਚ ਹੋਰ ਹੈ ਨਹੀਂ। ਉਹ ਕਾਈਨ ਔਰ ਦੀ ਇੱਕ ਰਾਤ ਦੀ ਗੱਲ ਕਰਦਾ। ਮੈਂ ਇਹਦੇ ਨਾਲ ਬਹੁਤਾ ਸਹਿਮਤ ਵੀ ਨਹੀਂ ਹਾਂ, ਪਰ ਮੈਂ ਉਹਦਾ ਬਹੁਤਾ ਖੰਡਨ ਵੀ ਨਹੀਂ ਕਰਦਾ। ਇਤਿਹਾਸਕਾਰਾਂ ਦੀ ਆਪਣੀ ਆਪਣੀ ਖੋਜ ਹੈ। ਅਤੇ ਇਸ ਤੋਂ ਚੱਲ ਕੇ ਹੁਣ ਪਹਿਲੀ ਰਾਤ ਜਿਹੜੀ ਹੈ ਅਤੇ ਸਰਦੀ ਦੀ ਰਾਤ ਅਨੰਦਪੁਰ ਸਾਹਿਬ ਤੋਂ ਚੱਲੇ ਸਾਰੀ ਦੁੱਖਾਂ ਦੀ ਰਾਤ ਹੈ ਅਤੇ ਅਗਲੀ ਰਾਤ ਕੁੰਮੇ ਮਾਛੀ ਦੇ ਹੈ, ਉਹ 6 ਪੋਹ ਦੀ ਰਾਤ, ਇਹ 7 ਪੋਹ ਦੀ ਰਾਤ ਹੈ। ਇਸ ਤੋਂ ਅੱਗੇ 8 ਪੋਹ ਦੀ ਰਾਤ ਅਤੇ ਮਾਤਾ ਜੀ ਨੂੰ ਸਿਹੇੜੀ ਪਿੰਡ, ਇਹਦਾ ਪੁਰਾਣਾ ਨਾਮ ਦੁਖੇੜੀ ਹੈ, ਦੁਖੇੜੀ ਦੀ ਲਿਖਿਆ ਇਕੱਲਾ ਖੇੜੀ ਵੀ ਲਿਖਿਆ ਹੋਇਆ, ਦੁਖੇੜੀ ਵੀ ਲਿਖਿਆ ਅਤੇ ਹੁਣ ਇਹਨੂੰ ਸਿਹੇੜੀ ਕਹਿੰਦੇ ਆ। ਇਹਦੇ ਬਾਹਰ ਬਾਹਰ ਇੱਕ ਬੜਾ ਮਸਤ ਫਕੀਰ ਸੀ, ਉਹਦੀ ਕੁਟੀਆ ਸੀ ਅਤੇ ਉੱਥੇ ਉਸ ਚਿਰ ਮਾਤਾ ਜੀ, ਉਹ ਕੁਟੀਆ 'ਚ ਫਕੀਰ ਹੈ ਨਹੀਂ, ਕਿਤੇ ਜੰਗਲ ਦੇ ਵਿੱਚ ਸੀ, ਉੱਥੇ ਆਰਾਮ ਕੀਤਾ। ਉਹਨੇ ਫਕੀਰ ਨੇ ਪਹਿਚਾਣ ਲਿਆ, ਕਿਹਾ ਮਾਤਾ ਜੀ ਤੁਸੀਂ? ਮਾਤਾ ਜੀ ਦੇ ਸੁਭਾਅ ਕਿਹਨੇ, ਕਹਿੰਦੇ ਐਵੇਂ, ਉਹਦਾ ਨਾਮ ਹੀ ਐਮਾ ਸਾਹਿਬ ਗੁਰਦੁਆਰਾ ਹੈ, ਮੋਰਿੰਡੇ ਦੇ ਕੋਲ ਹੈ ਗੁਰਦੁਆਰਾ, ਸਿਹੜੀ ਦੇ ਬਾਹਰਲੇ ਪਾਸੇ ਹੈ ਅਤੇ ਇਸ ਨੂੰ ਐਮਾ ਸਾਹਿਬ ਗੁਰਦੁਆਰਾ ਕਹਿੰਦੇ ਆ, ਐਵੇਂ ਸ਼ਬਦ ਦੇ ਉੱਤੇ ਵੀ ਐਵੇਂ ਸੁੱਤੇ ਸਿੱਧੇ। ਇੱਥੋਂ ਗੰਗੂ ਆਪਣੇ ਘਰ ਲੈ ਕੇ ਗਿਆ। 8 ਪੋਹ ਦੀ ਰਾਤ ਗੰਗੂ ਦੇ ਘਰ ਦੀ ਰਾਤ ਹੈ ਅਤੇ ਇਸ ਨੂੰ ਦੁੱਖਾਂ ਵਿੱਚ ਹੋਰ ਵਾਧਾ ਕਰਨ ਵਾਲੇ ਇਸ ਬੇਈਮਾਨ ਨੇ ਧਨ ਦੇ ਲਾਲਚ ਵਿੱਚ ਆਪਣੀ ਮਾਤਾ ਨੂੰ, ਸ਼ੋਭੀ ਨੂੰ, ਇਹਦੀ ਮਾਤਾ ਸੀ ਸ਼ੋਭੀ, ਉਹਨੂੰ ਕਿਹਾ ਵੀ ਜ਼ਹਿਰ ਮੈਂ ਲੈ ਕੇ ਆਉਣਾ, ਮਾਤਾ ਤੂੰ ਰੋਟੀ ਵਿੱਚ ਜ਼ਹਿਰ ਪਾ ਦੇ। ਕਦੇ ਕਦੇ ਅਮੀਰ ਬਣਨ ਦਾ ਚਾਂਸ ਮਿਲਦਾ ਬੰਦੇ ਨੂੰ, ਗਵਾਉਣਾ ਨਹੀਂ ਚਾਹੀਦਾ, ਲੱਛਮੀ ਚੱਲ ਕੇ ਘਰ ਆਈ ਹੈ। ਕਹਿੰਦੇ ਇਹਦੀ ਮਾਂ ਸਹਿਮਤ ਨਹੀਂ ਆਉਂਦੀ, ਕਹਿੰਦੇ ਗੰਗਿਆ ਜੰਮਦਾ ਹੀ ਮਰ ਜਾਂਦਾ ਨਾ, ਤੂੰ ਇਹੋ ਜਿਹਾ ਕਲੰਕ ਲਾਏਗਾ ਮੈਨੂੰ? ਉਹ ਘਰ ਤਾਂ ਕੋਈ ਦੁਸ਼ਮਣ ਚੱਲ ਕੇ ਆਵੇ, ਲੋਕ ਉਹਦਾ ਵੀ ਬੁਰਾ ਨਹੀਂ ਕਰਦੇ, ਇਹ ਤਾਂ ਗੁਰੂ ਕੇ ਲਾਲ ਨੇ ਜਿਹਨਾਂ ਦਾ ਨਿਮਕ ਖਾਂਦਾ ਰਿਹਾ, ਐਡਾ ਬੇਈਮਾਨ। ਫਿਰ ਵੀ ਇਸ ਨੇ ਲੱਭ ਕੁੱਤਾ ਕੂੜ ਚੂੜਾ ਠਾਖਾ ਦਾ ਮਰਦਾ ਤਨ ਚੁਰਾਇਆ। ਮੁੱਕਦੀ ਗੱਲ ਮੈਂ ਸੰਖੇਪ ਕਰਦਿਆਂ, ਰੌਲਾ ਰੌਲਾ ਇਹਨੇ ਚੋਰ ਚੋਰ ਕਹਿ ਕੇ ਕਿਹਾ। ਮਾਤਾ ਜਾਗਦੀ ਸੀ, ਕਹਿਣ ਲੱਗੀ ਗੰਗਿਆ ਕੋਈ ਚੋਰ ਨਹੀਂ ਆਇਆ ਮੇਰੇ ਸਾਹਮਣੇ, ਤੂੰ ਚੁੱਕਿਆ, ਮੈਂ ਤਾਂ ਕਿਹਾ ਵੀ ਤੂੰ ਕਿਸ ਸੰਭਾਲ ਰਿਹਾ, ਚੋਰ ਚੋਰ ਕਹਿ ਕੇ ਬੱਚਿਆਂ 'ਤੇ ਵਿਫਤਾ ਦਾ ਨਾ ਪਾ, ਹੁਣ ਤੂੰ ਬੱਚੇ ਨਿਆਣੇ, ਤੈਨੂੰ ਧਨ ਦੀ ਲੋੜ ਹੈ, ਤੈਨੂੰ ਹੋਰ ਵੀ ਦੇ ਦਿਆਂਗੇ।
ਕਹਿੰਦਾ ਇੱਕ ਤਾਂ ਤੁਹਾਨੂੰ ਸਰਕਾਰ ਦੇ ਬਾਗੀਆਂ ਨੂੰ ਘਰ ਬਣਾ ਦਿੱਤੀ, ਕਹਿੰਦਾ ਦੂਜਾ ਮੈਨੂੰ ਚੋਰ ਕਹਿ ਰਹੇ ਹੋ। ਅੱਖਾਂ ਦਿਖਾਉਣ ਲੱਗ ਪਿਆ ਸਮੇਂ ਦੇ ਐਸੇ ਹੇਰ ਫੇਰ। ਅਤੇ ਇਸ ਨੇ ਪਿੰਡ ਦੇ ਚੌਧਰੀ ਨੂੰ ਦੱਸਿਆ, ਉਸ ਚੌਧਰੀ ਨੂੰ ਨਾਲ ਲੈ ਕੇ ਮਰੰਡੇ ਜਾਨੀ ਖਾਂ ਮਾਨੀ ਖਾਂ ਪਠਾਨ ਜਿਹੜੇ ਉਹ ਚੜ੍ਹਾ ਕੇ ਲਿਆਂਦੇ। ਇਤਿਹਾਸ ਕਹਿੰਦਾ, ਇਤਿਹਾਸ ਦੇ ਪੰਨੇ ਬੋਲਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਉਸ ਵੇਲੇ ਇੱਕ ਰੱਥ ਵਿੱਚ ਚੜ੍ਹਾਇਆ ਗਿਆ। ਇਹ ਇਤਿਹਾਸ ਦੇ ਪੰਨੇ ਨੇ, ਇਹ ਹੰਡੂਰੀਆ ਜੀ ਲਿਖਦੇ ਨੇ ਇਸ ਗੱਲ ਨੂੰ। ਗੁਰੂ ਕੀਆਂ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਪਿਆਰਾ ਸਿੰਘ ਪਦਮ ਨੇ ਪੁਸਤਕ ਲਿਖੀ ਹੈ ਉਹਦੇ ਵਿੱਚ ਵੀ ਜ਼ਿਕਰ ਇਸ ਦਾ ਆਉਂਦਾ ਹੈ। ਅਤੇ ਜਿਸ ਥਾਂ 'ਤੇ ਰੱਥ ਵੀ ਚੜ੍ਹਾਏ, ਰੱਥ ਸਾਹਿਬ ਗੁਰਦੁਆਰਾ ਵੀ ਹੈ ਉੱਥੇ। ਕਿਉਂ ਚੜ੍ਹਾਏ ਸੀ ਰੱਥ ਵੀ? ਕੋਈ ਸਤਿਕਾਰ ਕਰਨ ਵਾਸਤੇ ਨਹੀਂ, ਬਲਕਿ ਇਹ ਲਿਖੇ ਵੀ ਹੱਥਾਂ 'ਚ ਹੱਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਰੱਥ ਦੇ ਵਿੱਚ ਬਿਠਾਏ ਗਏ। ਕਿਉਂ? ਉਹਨਾਂ ਨੇ ਇਸ ਕਰਕੇ ਵੀ ਕੋਈ ਕਿਤੇ ਸਿੱਖ ਬੱਚਿਆਂ ਨੂੰ ਦੇਖ ਕੇ ਨਾ ਟੁੱਟ ਕੇ ਨਾ ਆਉਣ ਪਏ। ਪਰਦੇ ਦੇ ਹੁੰਦੇ ਸੀ ਰੱਥ ਦੇ ਵਿੱਚ ਆਮ ਕਰਕੇ, ਬੜੇ ਬੜੇ ਨਵਾਬਾਂ ਦੀਆਂ ਬੇਗਮਾਂ ਜਾਂ ਵਿਆਹਾਂ ਦੇ ਵਿੱਚੋਂ ਰੱਥ ਕੰਮ ਆਉਂਦੇ ਸੀ, ਬੈਲ ਗੱਡੀਆਂ। ਤੁਹਾਡੇ ਵਿੱਚ ਜਿਹੜੇ ਵੱਡੀ ਉਮਰ ਦੇ ਬੈਠੇ ਤੁਸੀਂ ਵੀ ਦੇਖੇ ਹੋਣਗੇ, ਮੈਂ ਵੀ ਵੇਖੇ। ਮਰਿੰਡੇ ਲੈ ਆਉਂਦੇ, 9 ਪੋਹ ਦੀ ਰਾਤ ਮਰਿੰਡੇ ਕੱਟੀ ਗਈ ਹੈ। ਅੱਜ ਵੀ ਉੱਥੇ ਦੀ ਕੁਤਵਾਲੀ ਇਸ ਗੱਲ ਦੀ ਗਵਾਹ ਦਿੰਦੀ ਹੈ, ਗਵਾਹੀ ਦਿੰਦੀ ਹੈ, ਜਿੱਥੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਉਹ ਉਸੇ ਤਰ੍ਹਾਂ ਕਮਰਾ ਖੜ੍ਹਾ ਹੈ। ਸ਼ੁਕਰ ਹੈ ਕੋਈ ਨਿਸ਼ਾਨੀ ਤਾਂ ਰਹੀ, ਕੱਚੀ ਗੜੀ ਤਾਂ ਨਹੀਂ ਛੱਡੀ। ਇੱਥੋਂ ਇੱਕ ਭਰਾ ਗਿਆ ਸਰਹੰਦ, ਦੂਜਾ ਕਰੜੇ ਪਹਿਰੇ 'ਤੇ ਉਹ ਕੁਤਵਾਲੀ 'ਤੇ ਪਹਿਰਾ ਦਿੰਦਾ ਰਿਹਾ ਸਿਪਾਹੀਆਂ ਦੇ ਸਮੇਤ। ਸੂਬਾ ਸਰਹੰਦ ਨੂੰ ਦੱਸਿਆ ਗੁਰੂ ਗੋਬਿੰਦ ਸਿੰਘ ਦੀ ਮਾਤਾ, ਉਹਨਾਂ ਦੇ ਸਾਹਿਬਜ਼ਾਦੇ ਫੜੇ ਗਏ। ਇਸ ਨੇ ਕੁਝ ਫੌਜ ਇੱਥੋਂ ਭੇਜੀ ਹੈ ਅਤੇ 10 ਪੋਹ ਨੂੰ, 10 ਪੋਹ ਦਾ ਜਿਹੜਾ ਦਿਨ ਹੈ ਇਹਦੇ ਸਵਖਤ ਹੀ ਉੱਥੇ ਲਿਖਿਆ ਸਵੇਰ ਦੇ ਵਕਤ ਸਾਹਿਬਜ਼ਾਦਿਆਂ ਨੂੰ ਉੱਥੋਂ ਲੈ ਕੇ ਆਉਂਦਾ। ਜਦੋਂ ਫੌਜ ਦਾ ਪੂਰਾ ਪਹਿਰਾ ਹੋ ਗਿਆ ਸਿਪਾਹੀਆਂ ਦਾ ਆਲੇ ਦੁਆਲੇ, ਅਤੇ ਫਿਰ ਇਹਨਾਂ ਨੂੰ ਲੁਕੋ ਕੇ ਨਹੀਂ ਲਿਆਂਦਾ ਗਿਆ, ਫਿਰ ਲੋਕਾਂ ਦੇ ਸਾਹਮਣੇ ਬੈਠੇ ਦਿਖਦੇ ਸਨ, ਮਾਤਾ ਜੀ ਦਿਖ ਰਹੇ ਸਨ, ਬੱਚੇ ਦਿਖਦੇ ਸਨ, ਤਮਾਸ਼ਬੀਨ ਲੋਕ ਇਕੱਠੇ ਹੋ ਕੇ ਹੁੰਦੇ ਸੀ। ਅਤੇ ਮਾਤਾ ਦੇ ਕੋਲ ਆ ਕੇ ਪੁੱਛਦੇ ਸੀ, ਮਾਈ ਤੇਰਾ ਨਾਂ ਕੀ ਹੈ? ਮਾਤਾ ਬੜੇ ਹੌਂਸਲੇ ਨਾਲ ਕਹਿੰਦੀ ਸੀ, ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਹਾਂ, ਇਹ ਮੇਰੇ ਪੋਤਰੇ ਨੇ, ਮੇਰਾ ਨਾਂ ਗੁਜਰ ਕੌਰ ਹੈ। ਅਤੇ ਬੱਚੇ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਹੌਂਸਲਿਆਂ 'ਚ ਕੋਈ ਫਰਕ ਨਹੀਂ ਸੀ, ਸ਼ਬਦਾਂ ਦਾ ਜੰਗ ਜਾਰੀ ਹੋ ਗਿਆ। 10 ਪੋਹ ਦੀ ਰਾਤ, ਨਹੀਂ ਤਾਂ ਫਿਰ 3 ਰਾਤਾਂ ਬਣ ਨਹੀਂ ਸਕਦੀਆਂ ਕਿਸੇ ਹਿਸਾਬ ਨਾਲ, 13 ਨੂੰ ਤਾਂ ਸ਼ਹੀਦੀ ਹੋ ਗਈ। 10, 11 ਅਤੇ 12 ਇਹੀ 3 ਰਾਤਾਂ ਨੇ। 10 ਪੋਹ ਦੀ ਰਾਤ ਇੱਥੇ ਲਿਆ ਕੇ ਕਹਿੰਦੇ ਸੂਬਾ ਸਰਹੰਦ ਨੇ ਹੁਕਮ ਕਰ ਦਿੱਤਾ ਕਿ ਬੁਰਜ ਦੇ ਆਲੇ ਦੁਆਲੇ ਕਰੜੇ ਪਹਿਰੇ ਲਾ ਦਿਓ। ਠੰਡੇ ਬੁਰਜ ਵਿੱਚ ਜਿੱਥੇ 4 ਛਪੇਰੇ ਤੋਂ ਹਵਾ ਪੈਂਦੀ ਸੀ, ਬਸਤਰ ਕੋਈ ਹੈ ਨਹੀਂ, ਲੰਗਰ ਗੰਗੂ ਦੇ ਘਰ ਛਕਿਆ। ਇਤਿਹਾਸਕਾਰ ਇਹ ਵੀ ਕਹਿੰਦੇ ਵੀ ਕੁਤਵਾਲੀ ਦੇ ਕਾਨੂੰਨ ਕਾਇਦੇ ਅਨੁਸਾਰ ਲੰਗਰ ਉੱਥੇ ਛਕਾਇਆ ਗਿਆ, ਪਰ ਇਹ ਮੇਰੇ ਮਨ ਨਹੀਂ ਲੱਗਦੀ ਗੱਲ ਵੀ ਉਹਨਾਂ ਨੇ ਲੰਗਰ ਛਕਾਇਆ ਹੋਇਆ। ਇਤਿਹਾਸ ਦੀ ਮੈਂ ਇਹ ਗੱਲ ਛੱਡ ਵੀ ਨਹੀਂ ਸਕਦਾ, ਉਹਦੇ 'ਚ ਲਿਖਿਆ ਵੀ ਕੁਤਵਾਲੀ ਦਾ ਕਾਨੂੰਨ ਸੀ ਵੀ ਉੱਥੇ ਲੰਗਰ ਦਿੱਤਾ ਜਾਂਦਾ ਸੀ। ਹੋ ਸਕਦਾ ਕਿਸੇ ਇਹਨਾਂ ਮੁਸਲਮਾਨਾਂ ਨੇ ਹਿੰਦੂ ਕੈਦੀਆਂ ਵਾਸਤੇ ਇੱਕ ਵੱਖਰਾ ਪ੍ਰਬੰਧ ਕੀਤਾ ਹੁੰਦਾ ਸੀ, ਉਹ ਲੋਕ ਇਹਨਾਂ ਕੈਦੀਆਂ ਦੀ, ਕਿਉਂਕਿ ਮੁਸਲਮਾਨਾਂ ਦੇ ਹੱਥੋਂ ਨਹੀਂ ਸੀ ਖਾਂਦੇ, ਐਸਾ ਸੀ। ਇਹ ਇੱਥੇ ਆ ਕੇ ਵੀ ਸਿੱਧ ਹੋ ਜਾਂਦਾ ਜਦੋਂ ਬੁਰਜ ਦੇ ਵਿੱਚ ਕੈਦ ਕਰ ਦਿੱਤੇ ਗਏ। ਇਤਿਹਾਸ ਕਹਿੰਦਾ ਵੀ ਬੇੜੀਆਂ ਹੱਥਾਂ 'ਚ ਹੱਥਕੜੀਆਂ ਅਤੇ ਪੈਰਾਂ ਦੀਆਂ ਬੇੜੀਆਂ ਨਹੀਂ ਖੋਲੀਆਂ ਗਈਆਂ। ਅਤੇ ਅੱਗੇ ਚੱਲ ਕੇ ਕੁਛ ਇਹ ਵੀ ਸੇਧ ਦਿੰਦਾ ਕਿ ਜਦੋਂ ਬੁਰਜ ਦੇ ਵਿੱਚ ਕੈਦ ਕਰਦੇ ਆਲੇ ਦੁਆਲੇ ਪਹਿਰਾ ਕਰੜਾ ਸੀ ਵੀ ਬੇੜੀਆਂ ਨਹੀਂ ਸਨ, ਦੋਨਾਂ 'ਚੋਂ ਕੁਛ ਵੀ ਹੈ। ਇਹ ਰਾਤ ਲੰਘੀ, ਜੈਸੀ ਵੀ ਲੰਘੀ, ਅਤੇ ਹੌਲੀ ਹੌਲੀ ਚਰਚਾ ਫੈਲਦੀ ਸਾਰੇ ਸਰਹੰਦ ਵਿੱਚ ਫੈਲ ਗਈ। ਇੱਕ ਸੱਜਣ ਇਤਿਹਾਸ ਦੇ ਉੱਤੇ ਪਤਾ ਨਹੀਂ ਕਿਸ ਕਾਰਨ, ਜਾਂ ਤਾਂ ਪੂਰੇ ਤੱਥ ਨਹੀਂ ਮਿਲੇ ਸਾਡੇ ਇਤਿਹਾਸਕਾਰਾਂ ਨੂੰ, ਅਤੇ ਇੱਕ ਪ੍ਰਚਲਿਤ ਰਵਾਇਤ ਦੇ ਅਨੁਸਾਰ
एक लिखारी ने लिखे है मोती मेहरे बारे, पर प्रचलित रवायत अनुसार ठोस सबूत कोई नहीं भी किहड़े सबूत किहड़े इतिहास दे विच लिखे है किहड़े स्रोत च लिखे है, स्रोत उहनूं भी नहीं कोई लभिया, पर गल्लां बड़ियां काम दियां कहिंदा। वह कहिंदा भी एक सज्जन मोती राम मेहरा सूबा सरहंद वजीद खां दे जिहड़े हिंदू कैदी सन, इन्हां कैदियां दे उत्ते रोटी पानी का इंतजाम करन दा इहदा जुम्मा सी, ये उन्हां दा लंगर तैयार करदा सी, बस इहदी सरकार नाल इन्नी कोई बहुती पहुँच नहीं सी। कहिंदे इह सज्जन सी बड़ा दयावान, ये दिने चक्कर कटदा रहा बुरज दे आले दुआले ठंडे बुरज दे, देखदा रहा भी पहरा बड़ा सख्त है, ते घर जाया गया ये चेहरा उतरिया होया उदास है, इहदी मां ने पुछया ए मोती की हो गया तेरे चेहरे नूं, कहिंदे ये फुट फुट के रोण लग पिया, कहिंदा मां अज ठंडे बुरज दे विच दोवें साहिबजादे ते माता गुजर कौर इन्हां जालमां ने कैद कर दित्ते ने, वो भुखण भाणे ने, मेरे तो बर्दाश्त नहीं होंदी उन्हां दी भुख, जे मैं इन्हां कैदियां नूं सरकार वल्लों मैनूं इजाजत है मैं इन्हां कैदियां नूं दे सकदा खाणा, मेरा जी करदा भी गुरु के लालां दी सेवा करां, पर मेरी मजबूरी लगती है क्योंकि सरकार ने कह दिता है इन्हां नूं पानी तक नहीं किसी ने देना, रोटी तो एक पासे रहेगा। कहन लगी बेटा तैनू पता है सरकार दे इरादे कैसे माड़े हो चुके, आपां की कर सकदियां गरीब बंदे। कहिंदा मां इहो ना कह, मैं कुछ करना चाहुंदा, तू अपने गहने दे, तेरी नूह अपने गहने देवे जानी मेरे घर वाली, इन्हां गहणियां दी रिश्वत दे के मैं कि बच्चों दुध पिया दें, माता नूं दुध पिया दें, मेरा जन्म सफला हो जू, और ये अपनी इस ब्योत दे विच कामयाब होया। रिश्वत दे के माता तक पहुँच की, दो रातां 11 ते 12 पोह दियां रातां नूं दुध मोती मेहरा इहदे घर तों आउंदा रहा ते आप लैके आउंदा रहा, और अगे चल के इहदा मुल भी इहनूं उतारना पिया, साहबजादियां दे संस्कार तक इसने निभाई, टोडरमल दीवान मोती मेहरा रामा ते तलोका ये चारे सज्जन सन, कुछ होर इकड़ दोकड़ सन। जदों सरकार नूं पता लग्या सी मोती मेहरे दे परिवार समेत इहनूं गिरफ्तार भी किया गया, इहनूं भी तसीहे दिते गए, इहदे पुत्र नूं कोल्हू विच पीड़िया इहदे सामने कि तू बच्चे नूं दुध क्यों पिया सी, एडी जालम सरकार। ते साहबजादे बाबा जोरावर सिंह बाबा फतेह सिंह साहब रात बीती है 10 पोह दी 11 पोह का दिन आया, पेशी हुई दीवान विच लियांदे गए, आउण सार वाहिगुरु जी का खालसा वाहिगुरु जी की फतेह बुलाई गई, सरनाटा छा गया। इस सरनाटे दे नाल ही ते सूबे दे क्रोध तों डरदा मारा मुरंडे दा ये जिहड़े रंगड़ सी दोने भाई, इन्हें कहा भी सरकार मेरे ते अक बदलेगी भी तू सुका के लिए लैके आया, इन्हां नूं सलाम करनी चाहीदी सी। हाँ इत्थे एक गल इतिहास विच होर भी लिखी हुई है कि उस भीड़ दे विच जदों दे ठंडे बुरज दे प्रवेश नहीं सी होए, लोगों की भीड़ हो गई, सिपाही आले दुआले कहिंदे उन्हां दे विच सुचानंद दीवान माता जी दे सामने आया, कहिंदे एक बारी माता ने उन्हूं देख के कहा, बच्चों नूं हौसला भी दिता भी ये दीवान जिहड़ा हिंदू है बच्चे ये जिहड़ा ना ये सरकार दे विच इहदी पहुँच भी है ते ये जुल्म नहीं होण देगा, पर पता उदों लग्या जदों सुचानंद अही जी जहर दे बचन बोलिया, कहिंदा माई ओही है तू, मैं अपनी धी का रिश्ता लैके गया सी तेरे बड़े पोतरे वास्ते, तैं की कहा सी, तू कहा सी तुरकां दा निमक खाण वाले तेरे असी रिश्ता नहीं करना, ते हुण तुरकां दी कैद विच हैं, ये मीणा मारिया सी सुचानंद ने। कल्ले बच्चियां नूं नहीं कहा भी ये बच्चे सूलां जमदियां सूलां दे मूँह तिखे होंदे ने जां ये सप्पां दे बच्चे ने, तां माता नूं भी आ कुछ कहा है, इतिहास के पन्नियां दे उत्ते लिखिया है। माता जी चुप रहे,
ਨਹੀਂ ਕੁਛ ਬੋਲੇ ਵੀ ਇਹ ਮੂਰਖ ਹੈ। ਠੰਡੇ ਬੁਰਜ ਕੈਦ ਹੋਏ ਰਾਤ ਨੂੰ, ਇੱਕ ਸੱਜੇ ਪਾਸੇ ਖੱਬੇ ਪਾਸੇ ਮਾਤਾ ਜਿਵੇਂ ਗੁਜ਼ਾਰੀ, ਇਹ ਤਾਂ ਤੈਨੂੰ ਹੀ ਪਤਾ ਹੈ, ਤੇਰੇ ਪੋਤਰਿਆਂ ਨੂੰ ਪਤਾ ਹੈ, ਸਾਨੂੰ ਕੀ ਪਤਾ। ਜਿਹਨਾਂ ਦੇ ਦੂਰੇ ਤੀਰੇ ਤਾਂ ਸਾਡੇ ਗਰਮ ਕੱਪੜੇ ਲਏ ਹੋਏ ਨੇ, ਔਰ ਅਸੀਂ ਸੁਰੱਖਿਅਤ ਥਾਂ 'ਤੇ ਬੈਠੇ ਹਾਂ, ਖੁੱਲ੍ਹੇ ਮੈਦਾਨ ਵਿੱਚ ਨਹੀਂ। ਤੈਂ ਰਾਤਾਂ ਕੱਟੀਆਂ ਜਿੱਥੇ ਹਵਾ ਵੀ ਦੁਸ਼ਮਣ ਬਣ ਕੇ ਤੇਰੇ ਪੋਤਰਿਆਂ ਦੇ ਜਿਸਮ ਨੂੰ ਲੱਗ ਲੱਗ ਕੇ ਇੱਕ ਆਪਣੀ ਕਿਸਮ ਦੀ ਦੁਸ਼ਮਣੀ ਕੱਢ ਰਹੀ ਸੀ। ਅਤੇ ਮਾਤਾ ਨੇ ਅੰਮ੍ਰਿਤ ਵੇਲੇ ਫਿਰ ਨਿਤਨੇਮ ਹੋਇਆ, ਬੱਚਿਆਂ ਨੇ ਨਿਤਨੇਮ ਕੀਤਾ, ਸ਼ਹਿਨਸ਼ਾਹ ਦੇ ਬੱਚੇ ਸੀ, ਜਵਾਨੀ ਕੰਠ ਸੀ, ਬਾਣੀ ਅਰਦਾਸ ਹੋਈ। ਕਹਿੰਦੇ ਮਾਤਾ ਨੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ, ਮੇਰੇ ਪੋਤਰਿਆਂ ਦਾ ਸਿਦਕ ਕਾਇਮ ਰਹੇ। ਇਹ ਅਰਦਾਸ ਕੀਤੀ, ਮੇਰੇ ਪੋਤਰਿਆਂ ਦਾ ਸਿਦਕ ਕਾਇਮ ਰਹੇ, ਮੈਂ ਉਨੀ ਦੇਰ ਤੱਕ ਜਿਉਂਦੀ ਰਹਾਂਗੀ ਜਿੰਨੀ ਦੇਰ ਤੱਕ ਮੇਰੇ ਪੋਤਰਿਆਂ ਦੀ, ਮੇਰੇ ਕੰਨਾਂ ਵਿੱਚ ਇਹ ਆਵਾਜ਼ ਨਹੀਂ ਪੈ ਜਾਂਦੀ, ਇਹ ਗੁਰੂ ਤੇਗ ਬਹਾਦਰ ਦੇ ਪੋਤਰਿਆਂ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਨੇ ਆਪਣੀਆਂ ਜਾਨਾਂ ਤਾਂ ਦੇ ਦਿੱਤੀਆਂ, ਸਿਰਤਾ ਦੇ ਦਿੱਤੇ ਦਾਦੀ ਦੀ ਤਰ੍ਹਾਂ, ਪਰ ਕਮਜ਼ੋਰੀ ਨਹੀਂ ਦਿਖਾਈ। ਮੈਂ ਇਹ ਨਹੀਂ ਸੁਣਨਾ ਚਾਹੁੰਦੀ ਕਿ ਮੇਰੇ ਕੰਨਾਂ 'ਚ ਇਹ ਆਵਾਜ਼ ਪਵੇ ਕਿ ਮੇਰੇ ਪੋਤਰਿਆਂ ਨੇ ਦੀਨ ਮੰਨ ਲਿਆ। ਬਸ ਇਹ ਚਿੰਤਾ ਸੀ ਮਾਤਾ ਨੂੰ, ਹੋਰ ਕਿਸੇ ਵਿਪਤਾ ਦੀ ਕੋਈ ਚਿੰਤਾ ਨਹੀਂ ਸੀ, ਹੋਣੀ ਵੀ ਚਾਹੀਦੀ ਸੀ। ਜਾਂਦਿਆਂ ਬੱਚਿਆਂ ਨੂੰ ਕਿਹਾ, ਸਾਹਿਬਜ਼ਾਦੇ ਨੇ ਕਿਹਾ, ਮਾਤਾ ਤੂੰ ਚਿੰਤਾ ਨਾ ਕਰ, ਪਹੁੰਚੇ ਕਚਹਿਰੀ ਦੀ ਫਤਿਹ ਬੁਲਾਈ ਹੈ ਤਾਂ ਮਰੰਡੇ ਵਾਲਾ ਪੈਂਦਾ, ਹੁਣ ਆਪਾਂ ਦੂਸਰੇ ਸਰੋਤ ਤੋਂ ਸੇਧ ਲੈ ਕੇ ਚੱਲਣ ਲੱਗੇ ਹਾਂ, ਜਿਸ ਨੂੰ ਕਵੀ ਚੂੜਾਮਣ ਦਾ ਖਿਤਾਬ ਅਕਾਲ ਤਖ਼ਤ ਤੋਂ ਮਿਲਿਆ ਹੋਇਆ, ਭਾਈ ਸੰਤੋਖ ਸਿੰਘ ਸਾਹਿਬ। ਉਹ ਪੂਰਾ ਨਕਸ਼ਾ ਬਣਦੇ ਨੇ, ਕਹਿੰਦੇ ਸਭਾ ਸਮੀਪ ਪਹੁੰਚੇ ਜਾਈ, ਜਿੱਥੇ ਦੀਵਾਨ ਲੱਗਿਆ ਸੂਬੇ ਸਰਾਂ ਦਾ ਉਹਦੇ ਨੇੜੇ ਪਹੁੰਚ ਗਏ ਸਭਾ ਦੇ। ਮੁਰੰਡੇਸ ਕਹਿ ਸਭਨ ਸੁਣਾਈ, ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਏ ਮਾਰਾ, ਤੁਹਾਡਾ ਪਿਤਾ ਚਮਕੌਰ ਦੀ ਗੜੀ ਵਿੱਚ ਘੇਰ ਕੇ ਮਾਰ ਦਿੱਤਾ। ਭਾਈ ਸੰਤੋਖ ਸਿੰਘ ਨੇ ਇੰਨਾ ਹੀ ਲਿਖਿਆ, ਪਰ ਹੰਡੂਰੀਆ ਜੀ ਇਹ ਗੱਲ ਕਹਿੰਦੇ ਨੇ ਕਿ ਇਹ ਵੀ ਨਾਲ ਕਿਹਾ ਸੀ ਕਿ ਤੁਹਾਡੇ ਪਿਤਾ ਦਾ ਸਿਰ ਵੱਢ ਕੇ ਦਿੱਲੀ ਭੇਜ ਦਿੱਤਾ, ਉਹਨੇ ਨਾਲ ਇੱਕ ਇਹ ਵੀ ਅੱਖਰ ਲਿਖੇ ਆ। ਸਾਹਿਬਜ਼ਾਦਿਆਂ ਦੇ ਮਨਾਂ ਨੂੰ ਡੇਗਣ ਵਾਸਤੇ, ਉਹਨਾਂ ਦਾ ਮਨੋਬਲ ਡੇਗਣ ਵਾਸਤੇ ਇਹ ਗੱਲ ਕਹੀ ਗਈ। ਸਾਹਿਬਜ਼ਾਦੇ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਏ ਮਾਰਾ, ਸਾਹਿਬਜ਼ਾਦਿਆਂ ਦੇ ਕਹਿੰਦੇ ਚਿਹਰੇ 'ਤੇ ਵੀ ਕੋਈ ਫਰਕ ਨਹੀਂ ਹੋਇਆ, ਰਾਸਤਾ ਦਾ ਕੋਈ ਚਿੰਨ੍ਹ ਨਹੀਂ ਆਇਆ, ਸ਼ੇਰਾਂ ਦੇ ਪੁੱਤ ਸੀ। ਦੂਸਰੀ ਗੱਲ ਕਹੀ, ਤਹਿ ਤੁਮਰੇ ਦੋ ਭਰਾਤ ਪ੍ਰਹਾਰੇ, ਤੁਹਾਡੇ ਦੋ ਭਰਾਰ ਜਿਹੜੇ ਉਹ ਵੀ ਮਾਰ ਦਿੱਤੇ ਗਏ ਉੱਥੇ। ਤੀਸਰੀ ਗੱਲ ਕਹੀ, ਸੰਗੀ ਸਿੰਘ ਸਕਲ ਸੋ ਮਾਰੇ, ਉਹ ਵੀ ਨਾਲ ਇਹ ਕਹਿ ਦਿਓ ਸਾਰੀ ਮਾਰ ਦਿੱਤੇ। ਅਤੇ ਹੁਣ ਦਿਲ ਤੋੜਨ ਵਾਲੀ ਇਦੋਂ ਵੱਡੀ ਕੀ ਗੱਲ ਹੋਏਗੀ, ਰੱਬ ਨਾ ਕਰੇ ਕਿਸੇ ਬੱਚੇ ਨੂੰ ਬਚਪਨ ਦੇ ਵਿੱਚ ਆਪਣੇ ਬਾਪ ਦੀ ਮੌਤ ਦੀ ਖਬਰ ਨਾ ਸੁਣਨੀ ਪਵੇ, ਇਹ ਬੜੀ ਦੁਖਦਾਈ ਹੋਇਆ ਕਰਦੀ ਹੈ। ਭਰਾਵਾਂ ਦੀ ਭਰਾ ਬਾਹਾਂ ਹੁੰਦੇ ਨੇ ਅਤੇ ਦੋਨੇ ਖਬਰਾਂ ਸੁਣ ਲਈਆਂ, ਪਰ ਬੱਚੇ ਫਿਰ ਵੀ ਡੋਲੇ ਨਹੀਂ, ਬਲਕਿ ਦਲੇਰੀ ਦੇ ਨਾਲ ਉੱਤਰ ਦੇਣ ਵਾਸਤੇ ਤਿਆਰ ਹੋਏ ਨੇ। ਤਹਿ ਤੁਮਰੇ ਦੋ ਭਰਾਤ ਪ੍ਰਹਾਰੇ, ਸੰਗੀ ਸਿੰਘ ਸਕਲ ਸੋ ਮਾਰੇ, ਅਬ ਤੁਮਰੋ ਰਾਖਾ ਨਹੀਂ ਕੋਈ, ਹੁਣ ਤੁਹਾਡਾ ਰੱਖਿਆ ਕਰਨ ਵਾਲਾ ਕੋਈ ਨਹੀਂ ਰਿਹਾ ਸੰਸਾਰ ਵਿੱਚ। ਸੂਬੇ ਸਰਹੰਦ ਕੰਨੀ ਉਂਗਲ ਕਰਕੇ ਕਹਿੰਦਾ, ਆਨ ਉਬਾਰ ਹੈ ਇਨ ਤੇ ਜੋਈ, ਜਿਹੜਾ ਸੂਬੇ ਸਰਹੰਦ ਤੋਂ ਬਚਾ ਲਵੇ ਕੋਈ ਵੀ ਨਹੀਂ ਬਚਿਆ ਹੁਣ ਤੁਹਾਡਾ। ਇਸ ਕਰਕੇ ਬੱਚਿਓ, ਤੁਸੀਂ ਫਤਿਹ ਨਹੀਂ ਸੀ ਬੁਲਾਉਣੀ, ਤੁਸੀਂ ਗਲਤੀ ਕੀਤੀ ਹੈ, ਅਤੇ ਤੁਹਾਨੂੰ ਚਾਹੀਦਾ ਇਹ ਸਰਦਾਰ, ਇਹ ਨਵਾਬ ਸਰਦਾਰ ਤਮਾਮੂ ਚੁੱਕ ਸਿਰ 'ਤੇ, ਸਿਰ ਝੁਕਾ ਕੇ ਚੁੱਕ ਸਿਰ 'ਤੇ ਤੁਮ ਕਰੋ ਸਲਾਮੂ, ਸਿਰ ਝੁਕਾ ਕੇ ਤੁਸੀਂ ਸਲਾਮ ਕਰੋ। ਸਾਹਿਬਜ਼ਾਦੇ ਕਹਿਣ ਲੱਗੇ ਵੀ ਦੇਖ, ਪਹਿਲੀ ਤਾਂ ਗੱਲ ਇਹ ਹੈ ਵੀ ਮੂਰਖਤਾਈ ਦੀ ਕੋਈ ਹੱਦ ਬੰਨਾ ਹੁੰਦਾ ਹੈ, ਤੂੰ ਤਾਂ ਸਾਰੀਆਂ ਹੱਦ ਬੰਨੇ ਟੱਪ ਗਿਆ ਮੂਰਖਤਾਈ ਦੇ।
ਉਹ ਇੱਕ ਘੜੀ ਦੇ ਵਿੱਚ ਬੰਦੇ ਦਾ ਪਤਾ ਲੱਗ ਜਾਂਦਾ ਕਿਹੋ ਜਿਹੇ ਖਿਆਲ ਨੇ, ਤੇਰੇ ਕੋਲ ਤਾਂ ਰਾਤ ਕੱਟ ਕੇ ਆਏ ਹਾਂ ਅਸੀਂ, ਤੈਨੂੰ ਫਿਰ ਵੀ ਨਹੀਂ ਪਤਾ ਲੱਗਿਆ ਸਾਡੇ ਸੁਭਾਅ ਕਿਹੋ ਜਿਹੇ ਨੇ। ਪਹਿਲੀ ਤਾਂ ਗੱਲ ਇਹ ਹੋ ਹੀ ਨਹੀਂ ਸਕਦੀ ਜਿਹੜੀ ਤੂੰ ਕਹਿੰਦਾ, ਧੌਣਾ ਟੁੱਟ ਸਕਦੀਆਂ ਨਾ ਝੁਕ ਨਹੀਂ ਸਕਦੀਆਂ ਜ਼ੁਲਮ ਦੇ ਅੱਗੇ। ਪਰ ਹਾਂ ਜੇ ਤੇਰੀ ਗੱਲ ਮੰਨ ਲਈਏ ਜਿਹੜੇ ਕਰਕੇ ਤੂੰ ਮਨਾ ਰਿਹਾ, ਫੇਕ ਹੀ ਹੋਊਗਾ। ਕਹਿੰਦਾ ਨਹਿ ਮਾਰੇਂਗੇ ਲੇਹ ਬਚਾਈ, ਇਹਦਾ ਫਲ ਇਹ ਹੋਊਗਾ ਤੁਹਾਨੂੰ ਸੂਬਾ ਸਰਹੰਦ ਮਾਰੇਗਾ ਨਹੀਂ ਬਚਾ ਲਏਗਾ, ਜੀਵਤ ਰਹੀ ਹੈ ਸੀਸ ਝੁਕਾਈ ਜਿਉਂਦੇ ਰਹੋਗੇ ਅਤੇ ਬਸ ਸਿਰ ਝੁਕਾਓ ਤੁਸੀਂ। ਅਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਫਿਰ ਸੁਣ ਜ਼ੋਰਾਵਰ ਸਿੰਘ, ਇੱਥੇ ਲੇਖਕ ਦੀ ਕਲਮ ਨੇ ਥੋੜ੍ਹਾ ਜਿਹਾ ਧੋਖਾ ਖਾਧਾ, ਜ਼ਿਆਦੇ ਤਾਂ ਨਹੀਂ, ਉਹ ਜੁਝਾਰ ਸਿੰਘ ਲਿਖ ਬੈਠਾ ਪਰ ਜ਼ੋਰਾਵਰ ਸਿੰਘ ਹੈ। ਇਸ ਕਰਕੇ ਇਹ ਕਵੀ ਦੀ ਉੱਨੀ ਕੁ ਭੁੱਲ ਨੂੰ ਸੋਧ ਲੈਣਾ ਚਾਹੀਦਾ ਪ੍ਰਚਾਰਕਾਂ ਨੂੰ। ਜੁਝਾਰ ਸਿੰਘ ਤਾਂ ਉੱਥੇ ਸ਼ਹੀਦ ਹੋਇਆ, ਇਹ ਭੁਲੇਖਾ ਲੱਗਿਆ ਪਿਆ, ਕੁਝ ਸਰੋਤਾਂ ਦੇ ਵਿੱਚ ਐਸਾ ਹੈ ਗੜਬੜ। ਸੁਣ ਜ਼ੋਰਾਵਰ ਸਿੰਘ ਬਨ ਸਵਿਧਾਨ, ਸਭਨ ਬਨ ਸੁਨਾਵਤ ਬਾਕ ਬਖਾਨ, ਇਹ ਹੈ ਸ਼ਬਦਾਂ ਦੀ ਜੰਗ। ਤੀਰ ਉੱਧਰੋਂ ਵੱਜੇ, ਤਿੱਖੇ ਤੀਰ ਵੱਜੇ, ਕਾਲਜਾ ਚੀਰਨ ਵਾਲੇ ਪਿਤਾ ਅਤੇ ਭਰਾਵਾਂ ਦੀ ਮੌਤ ਦੀ ਕਹਾਣੀ ਦੱਸੀ ਗਈ। ਇੱਕ ਤੀਰ ਸੀ ਜਿਹੜਾ ਦਿਲ ਨੂੰ ਬਿੰਨ ਦਿੰਦਾ, ਜਮ ਕਰ ਦਿੰਦਾ ਮਨ ਦੇ ਉੱਤੇ, ਪਰ ਨਹੀਂ, ਸੂਰਮਿਆਂ ਨੇ ਢਾਲ ਚੁੱਕੀ ਹੋਈ ਹੈ। ਸੁਣ ਜ਼ੋਰਾਵਰ ਸਿੰਘ ਬਨ ਸਵਿਧਾਨ, ਸਭਨ ਸੁਨਾਵਤ ਬਾਕ ਬਖਾਨ, ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ। ਕਹਿੰਦੇ ਉਹ ਸੂਬਿਆ, ਉਹ ਮਰਿੰਡੇ ਵਾਲਿਆ, ਅੱਜ ਤੱਕ ਕਿਸੇ ਮਾਂ ਨੇ ਐਸਾ ਪੁੱਤ ਜੰਮਿਆ ਨਹੀਂ ਜਿਹੜਾ ਸਾਡੇ ਪਿਤਾ ਨੂੰ ਫੜ ਲਵੇ ਜਾਂ ਮਾਰ ਦੇਵੇ। ਜਿਹੜਾ ਬੰਦਾ ਜੰਮਿਆ ਹੀ ਨਹੀਂ, ਤੇ ਫਿਰ ਤੂੰ ਉਹਦੀ ਕਹਾਣੀ ਸੁਣਾ ਰਿਹਾ। ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਜਗ ਮੈਂ ਕੌਣ ਸਕੈ ਤਿਸ ਮਾਰਾ। ਕਹਿਣ ਲੱਗੇ ਕਿਉਂ ਨਹੀਂ ਮਾਰ ਸਕਦੇ, ਆਖਿਰ ਬੰਦਾ ਹੀ ਹੈ। ਕਹਿਣ ਲੱਗੇ ਜੇ ਤੁਹਾਨੂੰ ਬੰਦਾ ਦਿਸਦਾ ਹੋਵੇਗਾ, ਅਸੀਂ ਉਹਨਾਂ ਦੀ ਗੋਦੀ ਵਿੱਚ ਪਲੇ ਹਾਂ, ਅਸੀਂ ਉਹਨਾਂ ਦੇ ਘਰ ਵਿੱਚ ਪਲੇ ਹਾਂ, ਅਸੀਂ ਉਹਨਾਂ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ ਉਹਨਾਂ ਦੇ ਆਂਗਨ ਵਿੱਚ, ਅਸੀਂ ਇੱਕ ਇੱਕ ਦਿਨ ਦਾ ਇਤਿਹਾਸ ਜਾਣਦੇ ਹਾਂ ਸਾਡੇ ਪਿਤਾ ਦਾ। ਅਗਰ ਤੁਸੀਂ ਇਹ ਬਹਿਸ ਕਰਦੇ ਹੋ ਵੀ ਫੜ ਲਿਆ ਹੋਏਗਾ, ਤਾਂ ਚੰਗਾ ਚਾਰ ਕਸਵੱਟੀਆਂ ਤੁਹਾਡੇ ਸਾਹਮਣੇ ਰੱਖਦੇ ਹਾਂ, ਉਹਨਾਂ ਚਾਰਾਂ 'ਚੋਂ ਇੱਕ ਕਰ ਦਿਓ ਅਤੇ ਅਸੀਂ ਤੁਹਾਡੀ ਗੱਲ ਮੰਨ ਲਾਂਗੇ, ਤੁਸੀਂ ਆਹ ਕਰਕੇ ਦਿਖਾ ਦਿਓ। ਹੈਂ ਬੋਲੋ। ਕਹਿੰਦੇ ਤੁਸੀਂ ਇਸ ਆਕਾਸ਼ ਨੂੰ ਉਂਗਲ ਕਰਕੇ, ਕਹਿੰਦੇ ਇਸ ਆਕਾਸ਼ ਨੂੰ ਮਾਰ ਕੇ ਦਿਖਾਓ ਸਾਡੇ ਸਾਹਮਣੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਡਾ ਜ਼ਿਕਰ ਹੈ, ਕਿਹੋ ਜਿਹੀ ਮਿਸਾਲ ਦਿੱਤੀ ਹੈ, ਜਿਮ ਆਕਾਸ਼ ਕੋ ਕਿਆ ਕੋਈ ਮਾਰਾ ਹੈ, ਮਾਰ ਸਕਦਾ? ਕਹਿੰਦੇ ਨਹੀਂ। ਕਹਿੰਦੇ ਵੀ ਸਾਡੇ ਪਿਤਾ ਨੂੰ ਵੀ ਨਹੀਂ ਮਾਰ ਸਕਦਾ। ਦੂਸਰੀ ਮਿਸਾਲ, ਕਹਿੰਦੇ ਹਨੇਰੀ ਚੱਲਦੀ ਨੂੰ ਫੜ ਸਕਦੇ ਹੋ ਜੱਫਾ ਮਾਰ ਕੇ? ਕਹਿੰਦੇ ਉਹ ਤਾਂ ਕੋਈ ਵੀ ਨਹੀਂ ਫੜ ਸਕਦਾ। ਕਹਿੰਦੇ ਸਾਡਾ ਪਿਤਾ ਹਨੇਰੀ ਹੈ, ਤੁਹਾਡੀਆਂ ਅੱਖਾਂ 'ਚ ਘੱਟਾ ਪਾ ਕੇ ਪਤਾ ਨਹੀਂ ਕਿੱਥੇ ਪਹੁੰਚ ਗਿਆ ਹੋਵੇਗਾ। ਕਹਿੰਦੇ ਇੱਕ ਵਾਰੀ ਸੂਬਾ ਸਰਹੰਦ ਨੂੰ ਮੁੜਕਾ ਲਿਆ ਤਾਂ ਸਾਹਿਬਜ਼ਾਦਿਆਂ ਦੀ ਇਸ ਗੱਲ ਨੇ, ਅੱਖਾਂ ਨੀਵੀਆਂ ਹੋ ਗਈਆਂ ਵੀ ਗੱਲ ਤਾਂ ਸੱਚੀ ਕਹਿ ਰਹੇ, ਇੱਕ ਹੀ ਹੈ ਬਸ, ਨਹੀਂ ਮਾਰ ਦਿੱਤੇ। ਪਤਾ ਹੈ ਵੀ ਇਹ ਤਾਂ ਗੱਲ ਤਾਂ ਸੱਚੀ ਕਹਿ, ਕਿਉਂ ਅੰਧੇਰੀ ਕੋਈ ਨਿਰਵਾਰ ਹੈ। ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਕਹਿੰਦੇ ਚੱਲ ਇੱਕ ਸੌਖੀ ਹੋਰ ਗੱਲ ਦੱਸ ਦਿੰਦੇ ਹਾਂ ਤੁਹਾਨੂੰ, ਸਮੇਰ ਪਰਬਤ ਚਲਾ ਕੇ ਦਿਖਾ ਦਿਓ, ਹਿਲਾ ਕੇ ਦਿਖਾ ਦਿਓ ਸਾਨੂੰ। ਸਾਡਾ ਪਿਤਾ ਵੀ ਸਮੇਰ ਪਰਬਤ ਦੀ ਤਰ੍ਹਾਂ ਅਚਲ ਹੈ। ਮੇਰ ਚਲਾ ਸਕੇ ਨਾ ਕੋਈ, ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਕਹਿੰਦੇ ਫਿਰ ਆਖਰੀ ਗੱਲ ਕਹਿਣ ਲੱਗਿਆ, ਆਕਾਸ਼ ਦੇ ਵਿੱਚ ਚੰਦਰਮਾ ਅਤੇ ਸੂਰਜ ਹੈ, ਇਹਨੂੰ ਫੜ ਕੇ ਲਿਆ ਦਿਓ ਸਾਡੇ ਸਾਹਮਣੇ ਅਤੇ ਅਸੀਂ ਸਮਝ ਲਾਂਗੇ ਵੀ ਸਾਡੇ ਪਿਤਾ ਨੂੰ ਵੀ ਫੜ ਲਿਆਉਣੇ ਤੁਸੀਂ। ਕਹਿੰਦੇ ਜੀ ਇਹ ਵੀ ਨਹੀਂ ਹੋ ਸਕਦਾ। ਸੱਸ ਸੂਰਜ ਨਹਿ ਪਕੜਨ ਹੋਈ, ਕਹਿੰਦੇ ਵੀ ਸਾਡਾ ਪਿਤਾ ਵੀ ਨਹੀਂ ਫੜਿਆ ਗਿਆ। ਅਗਲੀ ਗੱਲ ਕਰੋ ਜਿਹੜੀ ਕਰੋਗੇ। ਸ਼ਬਦਾਂ ਦੀ ਜੰਗ ਵਿੱਚ ਪਹਿਲਾ ਦਿਨ ਮੈਦਾਨ ਵਿੱਚ ਆ ਕੇ ਤੀਰ ਹਿੱਕ ਵਿੱਚ ਮਾਰੇ ਸੂਬੇ ਦੇ ਅਤੇ ਜੰਗ ਜਿੱਤੀ ਅਤੇ ਸ਼ਾਮ ਦਾ ਵਕਤ ਹੋ ਗਿਆ, ਸਭਾ ਬਰਖਾਸਤ ਹੋ ਗਈ ਅਤੇ ਦਾਦੀ ਮਾਂ ਦੇ ਕੋਲ ਚਲੇ ਗਏ। ਕਹਿੰਦੇ ਮਾਤਾ ਗੁਜਰ ਕੌਰ ਮਮਤਾ ਨਹੀਂ ਮਾਰੀ, ਪੌੜੀਆਂ 'ਚ ਖੜ੍ਹੀ ਹੋ ਕੇ ਵੇਖਦੀ ਸੀ ਕਦੋਂ ਕਿ ਲਾਲ ਵਾਪਸ ਆ ਜਾ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਘੁੱਟ ਕੇ ਛਾਤੀ ਨਾਲ ਆਏ। ਕਹਿੰਦੇ ਕਾਫ਼ੀ ਦੇਰ ਤੱਕ ਤਾਂ ਗਲ ਬੱਕੜੀ ਪਾ ਕੇ ਘੁੱਟ ਕੇ ਛਾਤੀ ਦੇ ਛੱਡੇ ਨਹੀਂ। ਫਿਰ ਪੁੱਛਿਆ ਬੇਟਾ ਕੀ ਗੱਲ ਹੋਈ ਸੀ? ਬੜੇ ਰੋਬ ਦਾਬ ਦੇ ਨਾਲ, ਛੋਟਾ ਵੱਡੇ ਨਾਲੋਂ ਵੀ ਕਾਲਾ, ਦਾਦੀ ਮਾਂ ਮੈਂ ਦੱਸਦਾ ਅੱਜ ਵੀਰੇ ਨੇ ਇਉਂ ਕਿਹਾ ਸੀ, ਉਹਨਾਂ ਨੇ ਇਉਂ ਕਿਹਾ ਸੀ।
ਤੋਤਲੀ ਜ਼ਬਾਨ ਵਿੱਚ ਕਹਿੰਦੇ, ਬੱਚੇ ਉਹ ਤੁਸੀਂ ਮੇਰਾ ਮਾਣ ਵਧਾ ਦਿੱਤਾ, ਪਰ ਇਹ ਮਾਮਲਾ ਇੱਥੇ ਖਤਮ ਨਹੀਂ ਹੋਇਆ, ਕੱਲ੍ਹ ਨੂੰ ਫਿਰ ਸਵਾਲ ਜਵਾਬ ਹੋਣਗੇ। ਸਾਹਿਬਜ਼ਾਦਾ ਕਹਿੰਦਾ, ਦਾਦੀ ਮਾਂ ਮੈਂ ਬਚਪਨ ਤੋਂ ਲੈ ਕੇ ਸਿੱਖਿਆ ਕਿ ਵੱਡਿਆਂ ਦੇ ਅੱਗੇ ਬੋਲੀ ਦਾ ਨਹੀਂ, ਅੱਜ ਮੈਂ ਇਹ ਸ਼ਰਮ ਦਾ ਮਾਰਾ ਵੀਰੇ ਦੇ ਸਾਹਮਣੇ ਬੋਲਿਆ ਨਹੀਂ, ਪਰ ਮੇਰਾ ਜੀ ਕਰਦਾ ਸੀ ਮੈਂ ਗੱਲ ਕਰਾਂ। ਦਾਦੀ ਮਾਂ ਮੈਨੂੰ ਆਗਿਆ ਲੈ ਦੇ, ਕੱਲ੍ਹ ਨੂੰ ਮੈਂ ਗੱਲ ਕਰ ਰਹੀ ਹਾਂ, ਮੇਰਾ ਵੀਰਾ ਨਾਰਾਜ਼ ਨਾ ਹੋ ਜਾਵੇ ਮੇਰੇ ਨਾਲ। ਗੱਲ ਬੱਕੜੀ ਪਾ ਕੇ ਜ਼ੋਰਾਵਰ ਸਿੰਘ ਕਹਿੰਦਾ, ਵੀਰਿਆ ਮੈਂ ਤੈਨੂੰ ਕਿਤੇ ਇੰਨਾ ਦਬਾ ਕੇ ਰੱਖਿਆ ਹੋਇਆ, ਇਹ ਜੰਗ ਆਪਣੇ ਦੋਨਾਂ ਨੇ ਲੜਨੀਆਂ, ਹਾਂ ਤੂੰ ਵੀ ਦੇਖੋ। ਸਾਹਿਬਜ਼ਾਦਿਆਂ ਦਾ ਏਕਾ ਪਿਆਰ, ਕਹਿਣ ਲੱਗਾ ਫਿਰ ਵੀਰਿਆ ਗੱਲ ਸੁਣ ਲੈ, ਕੱਲ੍ਹ ਸੂਬਾ ਸਰਹੰਦ ਨਹੀਂ ਬੋਲਿਆ, ਉਹਦੇ ਚਾਪਲੂਸ ਬੋਲੇ ਆ, ਯਾਦ ਰੱਖੀ ਜਦੋਂ ਸੂਬਾ ਸਰਹੰਦ ਬੋਲਿਆ ਤੂੰ ਨਾ ਬੋਲੀ, ਫਿਰ ਮੈਂ ਬੋਲੂੰਗਾ। ਵਾਹ ਬਾਈ ਵਾਹ, ਧੰਨ ਬਾਬਾ ਫਤਿਹ ਸਿੰਘ ਸਾਹਿਬ, ਕਹਿ ਦਿਓ ਧੰਨ ਬਾਬਾ ਫਤਿਹ ਸਿੰਘ ਸਾਹਿਬ, ਕੱਲ੍ਹ ਨੂੰ ਮੈਂ ਬੋਲੂੰਗਾ ਜਦੋਂ ਇਹ ਬੜਾ ਚੌਧਰੀ ਬੋਲੂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਛੋਟਾ ਪੁੱਤਰ ਬੋਲੂਗਾ, ਇਹਨੂੰ ਦੱਸੂ ਵੀ ਮੈਂ ਵੱਡਾ, ਮੇਰਾ ਨਾਮ ਫਤਿਹ ਹੈ ਫਤਿਹ ਸਿੰਘ। ਅਗਲੇ ਦਿਨ ਪੇਸ਼ੀ ਹੁੰਦੀ ਹੈ, ਕਹਿੰਦੇ ਅਗਲੇ ਦਿਨ ਇਹ ਬੇਈਮਾਨਾ ਕੀਤਾ ਗਿਆ, ਵੱਡਾ ਗੇਟ ਖੋਲਣ ਦੀ ਬਜਾਏ ਛੋਟੀ ਬੋਰੀ ਖੋਲੀ ਗਈ। ਉਹ ਆਮ ਕਹਾਣੀਆਂ ਸੁਣਦੇ ਵੀ ਰਹਿੰਦੇ ਹੋ ਤੁਸੀਂ ਵੀ ਇਹ ਸਿਰ ਝੁਕਾਉਣਗੇ ਅਤੇ ਕਹਿ ਦਾਂਗੇ ਵੀ ਬੱਚਿਆਂ ਨੇ ਈਨ ਮੰਨ ਲਈ ਈਨ ਮੰਨ ਲਈ, ਕਿਉਂਕਿ ਡਰ ਗਏ ਸੀ ਬੱਚਿਆਂ ਦੀ ਇਸ ਗੱਲ ਤੋਂ ਵੀ ਇਹ ਮੰਨਣ ਵਾਲੇ ਨਹੀਂ ਹੈ, ਆਹ ਤਰੀਕੇ ਨਾਲ ਹੀ ਰੌਲਾ ਪਾ ਦਿਓ। ਸਾਹਿਬਜ਼ਾਦਾ ਫਤਿਹ ਸਿੰਘ ਕਾਲਾ ਸੀ ਵੀ ਅੱਜ ਗੱਲ ਮੈਂ ਕਰਨੀ ਹੈ, ਅਤੇ ਵੱਡਾ ਕਹਿੰਦਾ ਵੀਰਿਆ ਪਿੱਛੇ ਹਟ ਜਾ, ਤੈਨੂੰ ਨਹੀਂ ਪਤਾ ਇਹਨਾਂ ਬੇਈਮਾਨਾਂ ਦਾ, ਪਹਿਲਾਂ ਮੂਹਰੇ ਮੈਂ ਜਾਵਾਂਗੇ, ਜਿਵੇਂ ਮੈਂ ਤੁਰੂੰਗਾ ਏਕਣ ਤੂੰ ਆਉਣਾ। ਬਾਬਾ ਜ਼ੋਰਾਵਰ ਸਿੰਘ ਨੇ ਸੱਜਾ ਪੈਰ ਚੁੱਕਿਆ, ਸੂਬੇ ਸਰਾਂ ਦੀ ਕਚਹਿਰੀ ਵੱਲ ਆਪਣਾ ਛਿੱਤਰ ਦਿਖਾਇਆ, ਜੁੱਤੀ ਦਿਖਾਈ, ਪਹਿਲਾਂ ਪੈਰ ਫਿਰ ਦੂਜਾ ਪੈਰ ਫਿਰ ਸਿਰ, ਅਤੇ ਸਿਰ ਨਹੀਂ ਉੱਧਰ ਨੂੰ ਹੋਣ ਦਿੱਤਾ ਵੀ ਉੱਧਰ ਨੂੰ ਕਿਤੇ ਝੁਕਣਾ, ਸਿਰ ਝੁਕਾ ਕੇ ਨਹੀਂ ਚੱਲਣਾ। ਫਿਰ ਫਤਿਹ ਸਿੰਘ ਇਸੇ ਤਰ੍ਹਾਂ ਹੈਰਾਨ ਰਹਿ ਗਏ ਬੱਚਿਆਂ ਦੀ ਅਕਲ ਦੇ, ਮੁੜ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬਾ ਸਰਹੰਦ ਦੀਆਂ ਡਰਾਉਣੀਆਂ ਅੱਖਾਂ, ਇਹਦੇ ਬਚਪਨ ਦੇ ਵਿੱਚ ਮਾਤਾ ਨਿਕਲ ਆਈ ਸੀ, ਬੜੇ ਬੜੇ ਦਾਗ, ਇਹਦੀ ਡਰਾਉਣੀ ਸ਼ਕਲ ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ 'ਚ ਲਿਖੀ ਹੋਈ ਹੈ, ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨੀ ਵਿਸਾਰਿਓ ਨਾ, ਉਹਨਾਂ ਦੇ ਵਿੱਚ ਸੀ ਡਰਾਉਣੀ ਸ਼ਕਲ, ਕਾਲਾ ਰੰਗ ਹੈ ਉਸਦਾ, ਮੁੱਛਾਂ ਮੁੰਨੀਆਂ ਹੋਈਆਂ ਹਨ, ਦਾੜੀ ਥੋੜ੍ਹੀ ਥੋੜ੍ਹੀ ਰੱਖੀ ਹੋਈ ਹੈ। ਇਹ ਫਿਰ ਆਪ ਬੋਲਿਆ, ਕਹਿੰਦਾ ਕਾਜੀ ਸਾਹਿਬ ਮੈਨੂੰ ਲੱਗਦਾ ਮੇਰੇ ਬੋਲੇ ਬਿਨਾਂ ਨਹੀਂ ਸਾੜਨਾ। ਉੱਧਰ ਸਾਹਿਬਜ਼ਾਦਾ ਫਤਿਹ ਸਿੰਘ ਤਿਆਰ ਬੈਠਾ, ਤੂੰ ਬੋਲ ਤਾਂ ਸਹੀ। ਇਹ ਫਿਰ ਕਹਿੰਦਾ, ਬਹੁਰ ਵਜੀਦ ਖਾਨ ਬਚ ਕਹਿਓ। ਫਿਰ ਵਜੀਦ ਖਾਨ ਨੇ ਕਹੀ ਗੱਲ, ਪਰਾਤ ਪਿਤਾਦਕ ਨਹੀਂ ਕੋਈ ਰਹਿਓ, ਜੋ ਤੁਹਾਨੂੰ ਕੱਲ੍ਹ ਗੱਲ ਕਹੀ ਗਈ ਸੀ ਇਹ ਸੱਚੀ ਹੈ ਗੱਲ, ਮੇਰੀ ਗੱਲ 'ਤੇ ਇਤਬਾਰ ਕਰੋ। ਦੀਨ ਵਿਖੇ ਆਵੋ ਤੁਮ ਅਵੇ, ਹੁਣ ਮੇਰੇ ਕੋਲ ਵਕਤ ਨਹੀਂ ਬਹੁਤਾ, ਮੇਰੇ ਹੱਥ ਖੂਨ ਨਾਲ ਨਾ ਭਰਾਓ। ਦੀਨ ਵਿਖੇ ਆਵੋ ਤੁਮ ਅਵੇ, ਤੁਰਕ ਸ਼ਰਾ ਕੋ ਮਾਨੋ ਸਭੇ, ਪੁੰਨ ਤੁਮ ਕੋ ਦੇ ਬਹੁ ਵਡਿਆਈ, ਤੁਹਾਨੂੰ ਬਹੁਤ ਵਡਿਆਈ ਦਿਆਂਗੇ, ਗਜ ਬਾਜੀ ਅਰ ਧਨ ਸਵਦਾਈ, ਤੁਹਾਨੂੰ ਹਾਥੀ ਦਿਆਂਗੇ, ਤੁਹਾਨੂੰ ਘੋੜੇ ਮਿਲਣਗੇ, ਤੁਹਾਨੂੰ ਖਜ਼ਾਨਾ ਮਿਲੇਗਾ, ਅਤੇ ਤੁਹਾਨੂੰ ਮੇਰੀ ਤਰ੍ਹਾਂ ਜਿਵੇਂ ਮੈਂ ਸੂਬੇਦਾਰ ਹਾਂ, ਅਤੇ ਤੁਹਾਨੂੰ 22 ਸੂਬਿਆਂ ਦੇ ਵਿੱਚੋਂ ਕਿਤੇ ਨਾ ਕਿਤੇ ਦਿੱਲੀ ਦਾ ਤਖ਼ਤ ਤੁਹਾਨੂੰ ਸੂਬੇਦਾਰ ਬਣਾ ਦੇਗਾ, ਬੇਗਮਾਂ ਦੇ ਡੋਲੇ ਮਿਲਣਗੇ, ਕਿਹੜਾ ਲਾਲਚ ਹੈ ਜਿਹੜਾ ਨਹੀਂ ਦਿੱਤਾ ਗਿਆ। ਅਤੇ ਹੁਣ ਫਤਿਹ ਸਿੰਘ ਨੇ ਆਗਿਆ ਲਈ ਹੋਈ ਆ ਦਾਦੀ ਮਾਂ ਤੋਂ, ਵੱਡੇ ਬੀਰਬਲ ਥੋੜ੍ਹਾ ਜਿਹਾ ਦੇਖਿਆ ਸੈਨ ਲੈਂਗ ਉਹਦੇ ਵਿੱਚ, ਵੱਡੇ ਨੇ ਕਹਿਤਾ ਵੀ ਹਾਂ ਬੋਲ ਪੈਦਾ। ਉੱਥੇ ਹੁਣ ਲਿਖਿਆ ਇਤਿਹਾਸ ਦੇ ਵਿੱਚ, ਇੱਥੇ ਇਹ ਬੋਲ ਬੜੇ ਰਸਮਈ, ਕਿਉਂਕਿ ਭਾਈ ਸੰਤੋਖ ਸਿੰਘ ਦੀ ਰਚਨਾ 9 ਰਸਾਂ ਦੇ ਵਿੱਚ ਲਿਖੀ ਹੋਈ, ਅਰਕਾਵ ਦੇ ਸਾਰੇ ਨਿਯਮ ਪੂਰੇ ਕਰਦੇ ਛੰਦਾਬੰਦੀ ਦੇ, ਇਸ ਕਰਕੇ ਉਸ ਮਹਾਨ ਕਵੀ ਨੂੰ ਨਮਸਕਾਰ ਹੈ, ਬਹੁਤ ਵੱਡੀ ਦੇਣ ਹੈ ਭਾਈ ਸੰਤੋਖ ਸਿੰਘ ਸਾਹਿਬ ਦੀ। ਅਤੇ ਭਾਈ ਸਾਹਿਬ ਵੀ ਲਿਖਦੇ, ਕਹਿੰਦੇ ਫਤਿਹ ਸਿੰਘ ਸੁਣ ਉੱਤਰ ਦੀਨਾ, ਸੂਬਾ ਸਰਹੰਦ ਨੂੰ ਫਤਿਹ ਸਿੰਘ ਸੁਣ ਉੱਤਰ ਦੀਨਾ, ਕਹਿੰਦੇ ਉਹ ਸੂਬਿਆ ਗੱਲ ਸੁਣ ਲੈ ਕੰਨ ਖੋਲ ਕੇ, ਧਨ ਪਿਤਾਮੇ ਜਿਉਂ ਰੱਖ ਲੀਨਾ, ਜਿਵੇਂ ਸਾਡੇ ਦਾਦੇ ਨੇ ਧਰਮ ਰੱਖਿਆ ਸੀ ਨਾ, ਤੁਹਾਨੂੰ ਪਤਾ ਹੈ
ਸਾਡੇ ਦਾਦੇ ਦੀ ਕਹਾਣੀ ਤੁਹਾਨੂੰ ਭੁੱਲ ਗਈ? ਸੁਭ ਜਸ ਤੇ ਜਗ ਪੂਰਨ ਕੀਨਾ, ਉਹਨਾਂ ਦੇ ਚੰਗੇ ਜਸ ਵਡਿਆਈ ਦੇ ਨਾਲ ਸਾਰਾ ਸੰਸਾਰ ਭਰ ਕੇ ਰੱਖ ਦਿੱਤਾ ਉਹਨਾਂ ਨੇ। ਸੁਭ ਜਸ ਤੇ ਜਗ ਪੂਰਨ ਕੀਨਾ, ਤੀਨ ਲੋਕ ਮੈਂ ਸਾਕਾ ਚੀਨਾ, ਤਿੰਨਾਂ ਲੋਕਾਂ ਦੇ ਵਿੱਚ ਤਿਲਕ ਜੰਜੂ ਰਾਖਾ ਪ੍ਰਭਤਾ ਕਾ, ਕਿਨੋ ਬੜੋ ਕਲੂ ਮੈਂ ਸਾਕਾ। ਉਹਨਾਂ ਨੇ ਐਡਾ ਵੱਡਾ ਸਾਕਾ ਕੀਤਾ ਤਿਲਕ ਜੰਜੂ ਦੇ ਰਾਖੇ ਬਣ ਕੇ, ਕਹਿੰਦੇ ਹੁਣ ਆਪਣੇ ਭਰਾ ਕੰਨੀ ਚਿਹਰਾ ਕੀਤਾ ਸੂਬੇ ਸਰਹੰਦ ਵੱਲੋਂ ਚਿਹਰਾ ਹਟਾ ਕੇ, ਕਿਉਂਕਿ ਇਹ ਜਿਹੜੀ ਰਚਨਾ ਹੈ ਇਹਦੇ ਇਸ਼ਾਰੇ ਦੱਸਦੇ ਨੇ ਵੀ ਐਸਾ ਹੋਇਆ। ਆਪਣੇ ਵੀਰ ਕਨੀ ਮੁੱਖ ਭੁਮਾ ਕੇ ਬਾਬਾ ਫਤਿਹ ਸਿੰਘ ਦੇ, ਹਮ ਤੁਮਕੋ ਵੀਰਿਆ, ਹਮ ਤੁਮਕੋ ਤਿਵੇਂ ਹੀ ਮਨਾਵਾ, ਜਿਵੇਂ ਦਾਦੇ ਨੇ ਕੀਤੀ ਹੈ ਨਾ ਉਵੇਂ ਜਿਵੇਂ ਬਣਦੀ ਆਪਾਂ ਨੂੰ। ਹਮ ਤੁਮਕੋ ਤਿਵੇਂ ਹੀ ਮਨਾਵਾ, ਸਿਰ ਦੇ ਤੁਰਕਨ ਮੂਲ ਗਵਾਵੈ। ਕਹਿੰਦਾ ਸੂਬਾ ਸਰਹੰਦ ਯਾਦ ਰੱਖੀ, ਇਹ ਜਿਹੜੇ ਸਾਡੇ ਸਿਰ ਨ, ਤੇਰੇ ਜ਼ੁਲਮ ਰਾਜ ਦੀਆਂ ਜੜਾਂ ਵੱਢਣ ਵਾਸਤੇ ਇਹ ਦੋ ਕੁਹਾੜੇ ਖੜੇ ਨੇ ਤੇਰੇ ਸਾਹਮਣੇ। ਤੂੰ ਸਾਡੇ ਸਿਰ ਵੱਢ, ਅਸੀਂ ਤੁਹਾਡੇ ਦਿੱਲੀ ਦੇ ਤਖ਼ਤ ਦੀਆਂ ਜੜਾਂ ਵੱਢਾਂਗੇ ਆਪਣੇ ਸਿਰਾਂ ਦੇ ਨਾਲ। ਇਹ ਲੜਾਈ ਹੈ, ਇਹ ਚੈਲੰਜ ਸੀ ਸਰਕਾਰ ਨੂੰ, ਤੁਸੀਂ ਸਿਰ ਵੱਢ ਸਕਦੇ ਹੋ, ਇਹ ਤੁਹਾਡੇ ਹੱਥ ਵਿੱਚ ਹੈ, ਤੁਹਾਡੀਆਂ ਜੜਾਂ ਅਸੀਂ ਵੱਢਾਂਗੇ, ਸਾਡੀ ਕੁਰਬਾਨੀ ਵੱਢੇਗੀ ਜੋੜਾ। ਸਿਰ ਦੇ ਤੁਰਕਨ ਮੂਲ ਗਵਾਵੇ, ਮੂਲ ਮੁੱਢ ਜੜਾਂ ਪੁੱਟ ਦਿਆਂਗੇ ਤੁਹਾਡੀਆਂ ਜ਼ੁਲਮ ਰਾਜ ਦੀਆਂ। ਤੇ ਕਹਿੰਦੇ ਵੀਰਿਆ ਹਿੰਦੂ ਧਰਮ ਜਾਗ ਹੈ, ਫਿਰ ਹਾਲ ਤਾਂ ਸੁੱਤੇ ਪਏ ਨੇ, ਸਾਡੇ ਦਾਦੇ ਨੇ ਤਿਲਕ ਜੰਜੂ ਵਾਸਤੇ ਸੀਸ ਦੇ ਦਿੱਤਾ, ਇਹ ਨਹੀਂ ਸੁੱਤੇ ਉੱਠੇ, ਗੂੜੀ ਨੀਂਦ ਵਿੱਚ ਪਏ ਨੇ, ਪਰ ਆਪਣੀ ਕੁਰਬਾਨੀ ਤੋਂ ਬਾਅਦ ਇਹ ਵੀ ਜਾਗਣਗੇ। ਹਿੰਦੂ ਧਰਮ ਜਾਗ ਹੈ, ਫਿਰ ਤਨ ਸਭ ਨਾਸਮੰਤ ਹੀ ਹੈ, ਸਰੀਰ ਤਾਂ ਨਾਸਮੰਤ ਹੈ, ਇਹ ਬ੍ਰਹਮ ਗਿਆਨੀ ਕਹਿ ਸਕਦਾ, ਬਾਬਾ ਫਤਿਹ ਸਿੰਘ ਬ੍ਰਹਮ ਗਿਆਨੀ ਸੀ, ਤਨ ਸਭ ਨਾਸਮੰਤ ਹੀ ਹੈ। ਅਤੇ ਫਿਰ ਆਪਣੇ ਭਰਾ ਵੱਲ ਤੋਂ ਅੱਖਾਂ ਫਿਰ ਜਾਂਦੀਆਂ ਨੇ ਸੂਬੇ ਸਰਹੰਦ ਵੱਲ, ਅਤੇ ਫਿਰ ਸੂਬੇ ਸਰਹੰਦ ਵੱਲ ਦੇਖ ਕੇ ਕਹਿੰਦੇ ਨੇ, ਕਹਿੰਦੇ ਆ ਜਿਹੜੇ ਲਾਲਚ ਕੱਲ ਦਿੰਦਾ ਸੀ ਮੇਰੇ ਭਰਾ ਨੂੰ, ਕਹਿੰਦਾ ਸੀ ਨਾ ਆ ਹੁਣੇ ਤੂੰ ਕਹਿ ਰਿਹਾ ਦੀਨ ਵਿਖੇ ਆਵੋ ਤੁਮ ਅਵੇ, ਇਹ ਨਵੀਂ ਗੱਲ ਹੈ ਜਿਹੜੀ ਭਾਸ਼ਾ ਹੁਣ ਬੋਲਿਆ ਤੂੰ, ਇਹ ਤਾਂ ਸਾਡੇ ਦਾਦੇ ਨਾਲ ਵੀ ਬੋਲੀ ਸੀ ਤੁਸੀਂ। ਦੀਨ ਵਿਖੇ ਲਿਆਵਨ ਕੇ ਹੇਤ, ਕਹਿਓ ਪਿਤਾਮੇ ਕੋ ਬਹੁ ਦੇਤ, ਧਰਮ ਤੁਰੰਤਰ ਧੀਰਜ ਧਾਰੀ। ਫਿਰ ਆਪਣੇ ਭਰਾ ਵੱਲ ਇਸ਼ਾਰਾ ਕਰਕੇ ਦੇ, ਇਹਨ ਕਹਿਣੇ ਪਰ ਪਨੀ ਮਾਰੀ, ਪਨੀ ਨਾਮ ਜੁੱਤੀ ਦਾ ਹੁੰਦਾ, ਇਹਨਾਂ ਦੇ ਸਿਰ 'ਚ ਜੁੱਤੀਆਂ ਮਾਰ ਗਿਆ ਸਾਡਾ ਬਾਬਾ, ਸਾਡੇ ਦਾਦੇ ਨੇ ਇਹਨਾਂ ਦੇ ਜੁੱਤੀਆਂ ਮਾਰੀਆਂ ਨੇ, ਸਰੀਰ ਦੇ ਦਿੱਤਾ, ਇਹਨ ਪਹਿਨੇ ਕਿ ਪਨੀ ਮਾਰੀ। ਤੋ ਇਸ ਕਰੇ ਦੀਨ ਵੇਖੇ ਲਿਆਵਨ ਕੇ ਹੇਤ, ਕਹਿਓ ਪਿਤਾਮੇ ਕੋ ਬਹੁ ਦੇਤ, ਧਰਮ ਤੁਰੰਤ ਧੀਰਜ ਧਾਰੀ, ਇਹਨ ਕਹਿਣੇ ਪਰ ਪਨੀ ਮਾਰੀ। ਤਿਮ ਸਾਕਾ ਤੁਮ ਜਗ ਦਿਖਰਾਵੋ। ਕਹਿੰਦੇ ਉਸੇ ਤਰ੍ਹਾਂ ਦਾ ਸਾਕਾ, ਲੋਕੀ ਕਹਿਣ ਵੀ ਦਾਦੇ ਦਾ ਸਾਕਾ ਕੀ ਸੀ ਜਿਹੜਾ ਸਰਹੰਦ ਵਾਲੇ ਕਰ ਗਏ, ਸਾਕਾ ਸਰਹੰਦ ਕਹੇ ਨੇ ਉਹਨੇ ਨੂੰ, ਤਿਮ ਸਾਕਾ ਤੁਮ ਜਗ ਦਿਖਰਾਵੋ। ਤੇ ਇਸ ਕਰਕੇ ਸੰਸਾਰ ਤਾਂ ਨਾਸਵੰਤ ਹੈ, ਸਰਵ ਸਰੋਮਣ ਬੰਸ ਹਮਾਰਾ, ਰਾਖੋ ਤਿਸ ਕੀ ਲਾਜ ਉਦਾਰਾ। ਸਾਡੀ ਸੋਡ ਬੰਸ ਬਹੁਤ ਵੱਡੀ ਹੈ, ਇਸ ਕਰਕੇ ਇਹਦੀ ਲਾਜ ਸਾਨੂੰ ਚਾਹੀਦੀ ਹੈ। ਇਹ ਗੱਲ ਕਹਿ ਕੇ ਫਤਿਹ ਸਿੰਘ ਨੇ ਆਪਣੀ ਗੱਲ ਸਮਾਪਤ ਕਰ ਦਿੱਤੀ। ਤਾਂ ਫਿਰ ਆਖਰੀ ਗੱਲ ਜਿਹੜੀ ਹੁੰਦੀ ਹੈ, ਉਦੋਂ ਬਾਅਦ ਕਾਜ਼ੀ ਨੇ ਫਤਵਾ ਹੀ ਦਿੱਤਾ ਹੈ, ਇਤਿਹਾਸ ਕਹਿੰਦਾ ਫਤਵਾ ਇੱਕ ਦਿਨ ਪਹਿਲਾਂ ਦਿੱਤਾ ਅਤੇ ਅਗਲੇ ਦਿਨ ਕਾਰਵਾਈ ਹੋਈ ਹੈ। ਅਤੇ ਕੁਛ ਇਤਿਹਾਸਕਾਰ ਕਹਿੰਦੇ ਨੇ ਵੀ 13 ਪੋਹ ਨੂੰ ਜਦੇ ਫਤਵਾ ਦਿੱਤਾ, ਕੁਛ ਵੀ ਹੋਵੇ ਫਤਵਾ ਫਤਵਾ ਹੀ ਹੈ। ਅਤੇ ਉਸ ਵੇਲੇ ਫਿਰ ਬਾਬਾ ਜ਼ੋਰਾਵਰ ਸਿੰਘ ਨੇ ਕਮਾਨ ਸੰਭਾਲੀ, ਮੈਦਾਨ ਸੰਭਾਲਿਆ, ਸ਼ਬਦਾਂ ਦਾ ਜੰਗ ਲੜਦਿਆਂ ਕਹਿੰਦੇ ਸੁਨੇ ਅੰਜ ਤੇ, ਅੰਜ ਛੋਟੇ ਭਰਾ ਨੂੰ ਕਹਿੰਦੇ, ਸੁਨੇ ਅੰਜ ਤੇ ਧੀਰਜ ਬਹਿਣ, ਕਹਿਓ ਜ਼ੋਰਾਵਰ ਸਿੰਘ ਰੇਸ ਨੈਣ, ਨੇਤਰਾਂ ਵਿੱਚ ਖੂਨ ਉਤਰਿਆ, ਵੀਰ ਰਸ ਆ ਗਿਆ। ਸੁਨੇ ਅਨਜ ਤੇ ਧੀਰਜ ਬੈਨ, ਕਹਿਓ ਜ਼ੋਰਾਵਰ ਸਿੰਘ ਰਿਸ ਨੈਣ, ਕਹਿੰਦੇ ਸਰਾ ਸ਼ੀਸ ਹਮ ਪਨਹੀ ਮਾਰੈ, ਤੁਹਾਡੇ ਜਿਹੜੀ ਸ਼ਰ੍ਹਾ ਹੈ ਇਸਲਾਮ ਦੀ, ਇਹਦੇ ਸਿਰ 'ਚ ਜੁੱਤੀਆਂ ਮਾਰਦੇ ਹਾਂ। ਇਹ ਗੱਲ ਕਹਿ ਦਿੱਤੀ ਬਾਬਾ ਜ਼ੋਰਾਵਰ ਸਿੰਘ ਨੇ, ਤੁਹਾਡੀ ਸ਼ਰ੍ਹਾ ਦੇ ਸਿਰ ਵਿੱਚ ਜੁੱਤੀਆਂ ਸਾਡੀਆਂ, ਸਰਾ ਸ਼ੀਸ ਹਮ ਪਨਹੀ ਮਾਰੈ, ਧਰਮ ਆਪ ਨੂੰ ਨਹੀਂ ਵਿਗਾੜੈ।
अगली गल कही, हमरे वंश रीत इम आई, शीश देत पर धर्म न जाए। तुमरी जरा उखार नहेत, हम नहीं डर पेंगे। नहीं नहीं, असी डरन वाले नहीं, सिर देत सिर दे देंगे। धर्म हेत सिर चाहत दियो, तुरकन जरा विनाशी कियो। धर्म की बात सिर देना चाहते, तुरकन दड़ा पुटनिया चाहते। तो उस वेले सूबा सरहंद ने कहा भी हुण दसो जिन्हें दरबारी बैठे हो की कीता जाए। सुचा आनंद ने तो कह दिता जी, जम दियां सूलां दे मूँह तिखे आउंदे ने। एक गुरु गोबिंद सिंह नहीं सारे हिंदुस्तान से काबू आया हुण तक, यह तो दो होर जम पे, तो इन्हां नूं मार देना चाहिए। शेर मुहम्मद खां उठ के मलेरकोटली हा दा नारा मारिया, कहण लग्या पहला सूबे सरहंद ने यह गल कही, कहिंदे शेर मुहम्मद खां तेरा एक भरा मारिया गुरु गोबिंद सिंह ने, एक भरा तेरा मार दिता है ते तेनू जख्मी कर दिता है, भी तू अपना बदला लैण वास्ते जो तसीहे देने चाहुंदा बच्चे तेरे हवाले कर देने। उठ के कहिंदा मेरी गल सुनो, पहला सीरखोर बच्चे मारने कुरान दे विच लिखिया कित्थे है? गुरु गोबिंद सिंह मेरा बैरी है, मैं मैदाने जंग विच बदला लूँ अपने भरा दा, पर मैं कैर नहीं हाँ। ये बच्चों छड़ दियो, इस्लाम के सिर पर दाग लग जाएगा बहुत बड़ा, इन्हों छड़ दियो। जिंदियां जदों ने कहा भी ये हो नहीं सकता, तो फिर ये उत्थों उठ के दोवें हाथ तह करके कहिंदा हे खुदा हुण इस्लाम का बेड़ा गर्क होने वाला है, ये कह के वाकआउट करके चला गया। हा दा नारा मारिया, उहदे नां ते मलेरकोटले गुरद्वारा बनिया है, हा दा नारा गुरद्वारा। ते नवाब उस दे खानदान दे विचों उन्हें जमीन का टुकड़ा दिता है साडे सिख भाइयों नूं। ते उस वेले काजी नूं इशारा कीता भी फतवा दिओ, उन्होंने फतवा देता भी जिउंदिआं नूं नीहां विच खड़ा के इन्हां नूं कतल कर दिओ। पर साडे कुछ स्रोत ऐसे ने जिहड़े ये कहिंदे ने जी उन्हां नूं उत्थों कढ़िया गया, उन्हां नूं बेहोश कीता गया। ते दोनों जी ने तां हंडूरे ने यह भी कहानी लिख दित्ती जी, भी पिप्पल नाल बन्ह के गलेलां मारियां गईआं। तो ये दूना जी की अपनी राय है, ठीक है तसीहे दे सकते, उन्हां दी गल ठीक भी हो सकती है, उन्हां दी गल ठीक नहीं भी हो सकती। भाई संतोख सिंह नहीं ठीक लगी, उन्होंने ये नहीं लिखी है गल, दूना जी ठीक लगी उन्होंने लिख दी। तो उस वेले फिर कहिंदे कह दिता भी बचो, तुहाडे लई तुहाडी दादी मां दे कोल जाओ, सलाह कर लो, जे तो दीन कबूल कर दियो ठीक है, तो नहीं कल नूं जिउंदिआं नूं नीहां दे खड़ा के तुहाडा कतल कर दिता जाएगा तसीहे दे दे के। गोडे गिट्टे घट नहीं छोड़ा जा तुसीं है, गलेले मारन नाल कोई घट है तुसीं है, भी इट नहीं घटनी, गिट्टा घट दिओ गोडा घट दिओ। तो उस वेले फिर वापस आए, माता जी ने प्यार दिता, सारी कहानी सुनी, कहण लगे माता जी काजी ने फतवा दे दिता भी कल नूं नीहां विच खड़ा के भी तुसीं आप सलाह कर लो। बस सलाह फिर सारी रात दादी पोता यही करते रहे भी धर्म दे विच पक्कियां रहना है। तो माता नूं बस इक्को ही संसा सी भी बच्चे न किते घबरा ना जाण, किते डोल ना जाण, यकीन है अपने खून दे उत्ते। कहिंदे जाण लग्गिआं आखरी अरदास माता जी ने आप कीती है कि हे अकाल पुरख, हे गुरु नानक, बस मेरे पोतरियां दी इन्नी क सहायता कर दे भी ये अपने धर्म विच पूरे दादे दी तरह मजबूत निकल। और जाण लगे अपने पुक्कल विच लै के फतेह सिंह नूं कहा, बेटा फतेह सिंह, बेटा जोरावर सिंह, तुहाडी मां मेरी प्यारी नूं संसार तो जाण लई कुछ जिम्मेदारियां मैनूं सौंप गई सी, मैं अपनी जिम्मेवारियां निभाउण दे विच पूरी कोशिश की है, तुहानूं लोरियां दित्तियां ना किते ए ना होवे सचखंड जांदिआं ते तुहाडा दादा मैनूं ए पुछे गुजर कौर मेरे पोतरे तेरियां लोरियां कैसियां कमजोर निकलियां, ये दीन विच किवें किस प्रकार डोल गए, तेरी कसूर है, तेरी सिक्ख्या कमजोर निकली। बचियो ये दादी मां ते इन्ना क तरस करियो ते सचखंड जाके मैनूं तुहाडे दादे अगे सिर नीवा ना करना पवे, ते मैं उत्थे कह सकां
ਇਹ ਤੁਹਾਡੇ ਪੋਤਰੇ ਤੁਹਾਡੀ ਤਰ੍ਹਾਂ ਹੀ ਤੁਹਾਡੀ ਅਨਸਮਾਨ ਸੀ ਉਵੇਂ ਜਿਵੇਂ ਮਾਰ ਗਿਆ। ਕਹਿੰਦੇ ਫਤਿਹ ਸਿੰਘ ਨੇ ਚਰਨੀ ਹੱਥ ਲਾ ਕੇ ਕਿਹਾ, ਦਾਦੀ ਮਾਂ ਕੋਈ ਸੰਸਾ ਨਾ ਕਰ, ਤੈਨੂੰ ਕੱਲ੍ਹ ਨੂੰ ਖਬਰ ਆ ਜਾਏਗੀ ਅਸੀਂ ਕੀ ਕੀਤਾ, ਦਾਦੇ ਨਾਲੋਂ ਘੱਟ ਸਾਕਾ ਨਹੀਂ ਹੋਏਗਾ। ਆ ਗਏ ਜਲਾਦ ਬੁਲਾਇਆ, ਜਲਾਦ ਨੇ ਬੁਲਾ ਕੇ ਜਦੋਂ ਸਾਹਮਣੇ ਆਇਆ ਜਲਾਦ ਬੱਚਿਆਂ ਦੇ ਦਰਸ਼ਨ ਕਰਕੇ ਕਹਿੰਦਾ, ਜਾ ਆਪਣਾ ਸਾਰੀ ਜ਼ਿੰਦਗੀ ਇਹਨਾਂ ਹੱਥਾਂ ਨਾਲ ਬੰਦੇ ਵੱਢੇ ਹੈ, ਗਾਜਰਾਂ ਮੂਲੀਆਂ ਦੀ ਤਰ੍ਹਾਂ ਵੱਢੇ ਨੇ, ਪਰ ਅੱਜ ਮੇਰੇ ਹੱਥ ਕੰਬ ਗਏ ਇਹਨਾਂ ਬੱਚਿਆਂ ਨੂੰ ਦੇਖ ਕੇ। ਜਲਾਦ ਕਹਿੰਦਾ, ਮੈਂ ਇਹਨਾਂ ਦੇ ਉੱਤੇ ਤੇਗ ਨਹੀਂ ਚਲਾ ਸਕਦਾ, ਕੋਈ ਹੋਰ ਜਲਾਦ ਲਾਇਆ। ਸਮੱਸਿਆ ਖੜੀ ਹੋ ਗਈ, ਦੂਜਾ ਜਲਾਦ ਲਿਆਂਦਾ। ਉਹਨੇ ਜਵਾਬ ਦਿੱਤਾ, ਕੀਤਾ ਕੀ ਜਾਵੇ, ਸੂਬਾ ਸਰਾਂ ਦੇ ਇੱਥੋਂ ਤੱਕ ਕਿ ਉਹ ਸੋਚਦਾ ਵੀ ਸ਼ਾਇਦ ਮੈਨੂੰ ਇਹ ਕਰਨਾ ਪਏਗਾ ਇਹ ਕੰਮ, ਪਰ ਇਹਨੇ ਨੂੰ ਇੱਕ ਦੋ ਪਾਪੀ ਸਮਾਣੇ ਵਾਲੇ ਉੱਠ ਕੇ ਖੜੇ ਹੋ ਗਏ। ਕਹਿੰਦੇ, ਜਨਾਬ ਇਹ ਪਾਪ ਕਰਨ ਨੂੰ ਅਸੀਂ ਤਿਆਰ ਹਾਂ, ਪਰ ਸਾਡੀ ਸ਼ਰਤ ਹੈ ਸਾਡਾ ਮੁਕੱਦਮਾ ਤੁਹਾਡੀ ਕਚਹਿਰੀ ਚੱਲਦਾ, ਉਹ ਸਾਡੇ ਹੱਕ ਵਿੱਚ ਕਰ ਦਿਓ ਅਤੇ ਅਸੀਂ ਇਹ ਪਾਪ ਕਰਨ ਨੂੰ ਤਿਆਰ ਹਾਂ। ਸੌਦਾ ਹੋਇਆ ਸੀ। ਅਤੇ ਹੁਣ ਅੱਗੇ ਲਿਖਿਆ, ਦੋ ਸਰੋਤ ਮੈਂ ਇਹਦੇ ਨਾਲ ਹੀ ਸਮਾਪਤ ਕਰਦਾ। ਮਹਾਂਪੁਰਖਾਂ ਨੇ ਬਾਬਾ ਲਖਵੀਰ ਸਿੰਘ ਜੀ ਦਾ ਸਮਾਂ 900 ਹੋਇਆ, ਰਾੜੇ ਵਾਲੇ ਮਹਾਂਪੁਰਸ਼ ਸੰਪਰਦਾ ਰਾੜਾ ਸਾਹਿਬ ਦੇ ਮੁਖੀ ਮਹਾਂਪੁਰਸ਼ ਪਹੁੰਚੇ ਨੇ, ਅਤੇ ਇਹਨਾਂ ਦੋਨਾਂ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਰਸ ਪਿੰਨਾ ਕੀਰਤਨ ਸੁਣਾਉਣਾ। ਮੈਂ ਕੇਵਲ ਪ੍ਰਚਾਰ ਜਾਂ ਕਥਾ ਦੀ ਵਿਚਾਰ ਆਪ ਜੀ ਨੇ ਸਾਂਝੀ ਕੀਤੀ ਹੈ, ਅਤੇ ਧਾਰਨਾ ਦੀ ਪਰੰਪਰਾ ਉਹਦੇ ਅਨੁਸਾਰ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ। ਮੈਂ ਆਪਣੀ ਗੱਲ ਸਮਾਪਤ ਕਰਨ ਲੱਗਾ, ਉਹਨਾਂ 'ਚ ਬਾਬਾ ਜੀ ਸਾਜ ਮੰਗਾ ਲਓ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਲਾਲਾ ਨੇ ਕਹਿੰਦੇ ਉਸ ਵੇਲੇ ਫਿਰ ਓੜਕ ਸੂਬੇ, ਆਖਰੀ ਗੱਲ ਹੈ, ਓੜਕ ਸੂਬੇ ਹੁਕਮ ਸੁਣਾਈ, ਮਾਰੋ ਗਰਦਨ ਇਹਨੇ ਇਥਾਈ, ਪੰਥ ਪ੍ਰਕਾਸ਼ ਮਾਰੋ ਇਹਨਾਂ ਨੂੰ, ਇਸੇ ਥਾਂ ਖੜਿਆਂ ਨੂੰ ਮਾਰ ਦਿਓ, ਯਾਨੀ ਸਿਰ ਕਲਮ ਕਰ ਦਿਓ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਸਰੋਤ ਹੈ ਜਿਹੜਾ, ਉਹ ਵੀ ਨਾਲ ਦੀ ਨਾਲ ਨੋਟ ਕਰੀ ਜਾਣਾ ਮੈਂ ਕਿਹੜੇ ਸਰੋਤ 'ਚੋਂ ਕੀ ਗੱਲ ਬੋਲ ਰਿਹਾ। ਓੜਕ ਸੂਬੇ ਹੁਕਮ ਸਮਾਈ, ਮਾਰੋ ਗਰਦਨ ਇਹਨੇ ਇਥਾਈ। ਕਹਿੰਦੇ ਸ਼ਾਸ਼ਲ ਵੇਗ ਔਰ ਬਾਸ਼ਲ ਵੇਗ ਉਬੇ, ਉਬੇ ਨਾਮ ਹੈ ਦੋ ਦਾ, ਉਬੇ ਜਲਾਦਨ ਖਿੱਚ ਕੇ ਤੇਗ ਤਿਸੀ ਠੌਰ, ਠੌਰ ਨਾਮ ਟਿਕਾਣੇ ਦਾ, ਨੀਹਾਂ 'ਚ ਖੜਿਆ ਤਿਸੀ ਠੌਰ ਖੜੇ ਹੋ ਕੇ ਸੀਸ, ਤੁਰਤ ਉਤਾਰੇ ਦੁਸਤ ਹੈ ਰੀਸ਼। ਹੁਣ ਆਪਾਂ ਦੂਜਾ ਸਰੋਤ ਲੈਂਦੇ ਹਾਂ ਜਿਹੜੇ ਪ੍ਰਮਾਣਿਤ ਸਰੋਤ ਨੇ, ਮੈਂ ਉਹਨਾਂ ਦੀ ਉਹ ਗੱਲ ਕਰਦਾ। ਕਵੀ ਚੂੜਾਮਨ ਭਾਈ ਸੰਤੋਖ ਸਿੰਘ ਜੀ ਉਹ ਕੀ ਲਿਖਦੇ ਨੇ, ਸ਼ਹਿਰ ਸਾਰਾ ਖਾਲੀ ਹੋ ਗਿਆ, ਕੁਛ ਤੂਫਾਨ ਵੀ, ਕੁਛ ਦਇਆਵਾਨ ਜਿਹੜੇ ਹਿੰਦੂਆਂ ਦੇ ਮਨ ਦੇ ਵਿੱਚ ਇਹ ਤਰਸ ਸੀ ਕਿ ਦੇਖੋ ਤਿਲਕ ਜੰਜੂ ਦੇ ਰਾਖੇ ਇਹਨਾਂ ਦੇ ਦਾਦੇ ਬਣ ਕੇ ਉਹਨਾਂ ਨੇ ਸੀਸ ਦਿੱਲੀ ਵਿੱਚ ਕਟਾਇਆ, ਅਤੇ ਉਹਨਾਂ ਦੇ ਪੋਤਰਿਆਂ ਨਾਲ ਕੀ ਹੋ ਰਿਹਾ, ਸਿਰ ਨੀਵਿਆਂ ਪਾਈ ਖੜੇ, ਕਰ ਕੋਈ ਕੁਛ ਨਹੀਂ ਸਕਦਾ, ਅੱਖਾਂ 'ਚੋਂ ਨੀਰ ਵਹਿ ਰਿਹਾ। ਇਹ ਦ੍ਰਿਸ਼ ਦੇਖਣ ਵੇਲੇ ਕਹਿੰਦੇ ਉਹਨਾਂ ਦੇ ਕਾਲਜੇ ਫਟ ਰਹੇ ਸਨ, ਜਦੋਂ ਤੇਜ਼ ਤੁੱਕ ਚੁੱਕ ਕੇ ਸ਼ਾਸ਼ਲ ਵੇਗ ਜਦੋਂ ਸਾਹਮਣੇ ਆਇਆ ਸਾਹਿਬਜ਼ਾਦਿਆਂ ਦੇ, ਉਹ ਉਸ ਪਾਸੇ ਆਇਆ ਜਿੱਥੇ ਬਾਬਾ ਜ਼ੋਰਾਵਰ ਸਿੰਘ ਖੜਾ ਸੀ, ਅਤੇ ਜਿਸ ਵੇਲੇ ਤੇਗ ਮਾਰਨ ਲੱਗਾ, ਕਹਿੰਦੇ ਕੁਛ ਦਇਆਵਾਨ ਇਹੋ ਜਿਹੇ ਸੀ ਜਿਹਨਾਂ ਨੇ ਅੱਖਾਂ ਬੰਦ ਕਰ ਲਈਆਂ ਕਿ ਇਹ ਪਾਪ ਸਾਤੋਂ ਦੇਖ ਨਹੀਂ ਹੋਏਗਾ, ਦਿਲ ਕੰਬ ਗਏ। ਕੁੱਤਾ ਮਰਿਆ ਪਿਆ ਹੋਵੇ, ਸਖ਼ਤ ਤੋਂ ਸਖ਼ਤ ਡਰਾਈਵਰ ਵੀ ਕੁੱਤੇ ਮਰੇ ਪਏ ਦੇ ਉੱਤੇ ਦੀ ਆਪਣੀ ਗੱਡੀ ਦਾ ਟਾਇਰ ਨਹੀਂ ਲਗਾਉਂਦਾ, ਕਿਤੇ ਨਾ ਕਿਤੇ ਦਇਆ ਹੈ। ਅਤੇ ਭਾਈ ਸੰਤੋਖ ਸਿੰਘ ਲਈ ਕਹਿੰਦੇ ਅਦਬ, ਅਦਬ ਨਵੇਂ ਨੀਚ ਦਾ, ਸ਼ਾਸ਼ਲ ਵੇਗ ਬਾਸ਼ਲ ਵੇਗ ਜਿਹੜੇ ਆਪਾਂ ਇਹ ਦੋ ਤਿੰਨ ਸਰੋਤ ਲੈ ਕੇ ਤਾਂ ਚੱਲਦੇ ਹਾਂ, ਕਿਤੇ ਕੋਈ ਚੀਜ਼ ਉੱਥੇ ਭਾਈ ਸੰਤੋਖ ਸਿੰਘ ਨੇ ਨਾਂ ਨਹੀਂ ਲਿਖੇ, ਗਿਆਨੀ ਗਿਆਨ ਸਿੰਘ ਨੇ ਨਾਂ ਲਿਖ ਦਿੱਤੇ ਨੇ। ਅਦਮ ਤਵੇ ਤਰਵਾਰ ਚਲਾਈ, ਨੀਚ ਪੁਰਸ਼ ਨੇ ਕਹਿੰਦੇ ਤਰਵਾਰ ਦਾ ਵਾਰ ਕੀਤਾ ਬਾਬਾ ਜ਼ੋਰਾਵਰ ਸਿੰਘ 'ਤੇ, ਸਿਰ ਜ਼ੋਰਾਵਰ ਸਿੰਘ ਦੀ ਉਹ ਗਿਰਾਈ, ਕਹਿੰਦੇ ਸਿਰ ਕੱਟ ਕੇ ਧਰਤੀ ਦੇ ਉੱਤੇ ਜੜ ਗਿਆ, ਧੜ ਦੇ ਵਿੱਚੋਂ ਖੂਨ ਦਾ ਪੁਹਾਰਾ ਪੈਣਾ ਕੋ ਕੁਦਰਤੀ ਬਾਤ ਸੀ, ਖੂਨ ਦਾ ਪੁਹਾਰਾ ਚੱਲਿਆ, ਸਾਰੀ ਕੰਧ ਜਿਹੜੀ ਖੂਨ ਦੇ ਨਾਲ ਲੱਥ ਪੱਥ ਹੋ ਗਈ, ਦੇਖਣ ਵਾਲਿਆਂ ਦੇ ਅੱਖਾਂ 'ਤੇ ਹੰਝੂ ਨਹੀਂ ਸੰਭਾਲੇ ਜਾਂਦੇ, ਹਾਹਾਕਾਰ ਮੱਚ ਗਈ। ਕਹਿੰਦੇ ਫਿਰ ਵੀ ਇਸ ਪਾਪੀ ਨੇ ਬਹੁਤ ਦੂਸਰੋ ਵਾਰ ਪਰਹਾਰਾ, ਫਿਰ ਦੂਜਾ ਵਾਰ ਕੀਤਾ, ਫਤਿਹ ਸਿੰਘ ਕੋ ਸੀਸ ਉਤਾਰਾ, ਬਾਬਾ ਫਤਿਹ ਸਿੰਘ ਸਾਹਿਬ ਦਾ ਸਿਰ ਉਤਰ ਗਿਆ। ਕਹਿੰਦੇ ਸਿਰ ਜਿਹੜਾ
ਧੜ ਤੋਂ ਵੱਖਰਾ ਹੋ ਕੇ ਧਰਤੀ 'ਤੇ ਡਿੱਗਣ ਦੀ ਬਜਾਏ ਜਾ ਕੇ ਕਹਿੰਦੇ ਆਪਣੇ ਵੀਰ ਦੇ ਸਿਰ ਦੇ ਨਾਲ ਸਿਰ ਜਾ ਕੇ ਜੁੜ ਗਿਆ, ਸਿਰ ਦੇ ਨਾਲ ਸਿਰ ਇਉਂ ਹੋ ਗਿਆ ਜਿਵੇਂ ਸਿਰ ਬਿਨੇ ਬਾਹਾਂ ਤੋਂ ਗਲ ਬੱਕੜੀ ਪਾ ਕੇ ਦੋਨੇ ਵੀਰ ਮਿਲ ਗਏ, ਛੋਟਾ ਵੱਡੇ ਨੂੰ ਮਿਲ ਗਿਆ, ਉਹਨਾਂ ਦੀਆਂ ਆਤਮਾਵਾਂ ਨਿਕਲੀਆਂ। ਠੰਡੇ ਬੁਰਜ ਵਿੱਚ ਮਾਂ ਗੁਜਰ ਕੌਰ ਦੇ ਸਾਹਮਣੇ ਉਹ ਆਤਮਾਵਾਂ ਨੇ ਉਹੀ ਸ਼ਕਲ ਧਾਰ ਕੇ ਪ੍ਰਕਾਸ਼ਮਈ ਸਰੂਪ ਦਿਖਾਇਆ, ਮਾਤਾ ਨੂੰ ਫਤਿਹ ਬੁਲਾਈ। ਮਾਤਾ ਕਹਿਣ ਲੱਗੀ ਬੇਟਾ ਆ ਗਏ ਤੁਸੀਂ, ਆਓ ਮੇਰੇ ਕੋਲ। ਜਦੋਂ ਜੱਫੀ ਪਾ ਰਹੇ, ਜੱਫੀ ਦੇ ਵਿੱਚ ਨਹੀਂ ਆ ਰਹੇ, ਬੇਟਾ ਮੈਂ ਕੀ ਦੇਖ ਰਹੀ ਹਾਂ, ਮੈਨੂੰ ਸੁਪਨਾ ਆ ਰਿਹਾ? ਨਹੀਂ ਮਾਤਾ ਜੀ, ਸੁਪਨਾ ਨਹੀਂ ਹੈ, ਸੱਚ ਹੈ। ਫਿਰ ਤੁਸੀਂ ਮੇਰੀ ਗੋਦ ਵਿੱਚ ਹੁਣ ਤੱਕ ਪਲਦੇ ਰਹੇ? ਕਹਿੰਦੇ ਮਾਤਾ ਜੀ, ਉਹ ਸਰੀਰ ਤਾਂ ਉੱਥੇ ਲੱਥਪੱਥ ਹੋਏ ਪਏ ਨੇ ਖੂਨ ਨਾਲ, ਇਹ ਆਤਮਾ ਮਨ ਇਹਨਾਂ ਨੂੰ ਕੋਈ ਨਹੀਂ ਕੱਟ ਸਕਦਾ, ਤੇਰੇ ਪੋਤਰੇ ਅਮਰ ਹੋ ਗਏ। ਇੱਕ ਗੱਲ ਕਹੀ ਸੀ ਜਾਣ ਲੱਗਿਆਂ ਬਾਬਾ ਜ਼ੋਰਾਵਰ ਸਿੰਘ ਨੇ, ਜਦੋਂ ਆਖਰੀ ਵਾਰ ਮਾਂ ਦੇ ਚਰਨੀ ਹੱਥ ਲਾ ਕੇ ਤੁਰੇ, ਦਾਦੀ ਮਾਂ ਦੇ ਪਿਆਰ ਲੈ ਕੇ, ਕਹਿੰਦੇ ਦੋ ਕੁ ਕਦਮਾਂ ਤੁਰਨ ਤੋਂ ਬਾਅਦ ਬਾਬਾ ਜ਼ੋਰਾਵਰ ਸਿੰਘ ਨੇ ਪਿੱਛੇ ਨੂੰ ਫਿਰ ਦਾਦੀ ਵੱਲ ਵੇਖਿਆ। ਦਾਦੀ ਵੱਲ ਵੇਖ ਕੇ ਕਿਹਾ ਸੀ ਮਾਤਾ, ਦਾਦੀ ਮਾਂ ਇੱਕ ਬੇਨਤੀ ਆ, ਹੱਥ ਜੋੜ ਕੇ ਕਿਹਾ ਪੁੱਤਰ ਕੀ ਕਹਿਣਾ ਚਾਹੁੰਦਾ? ਹੁਣ ਕਹਿਣ ਨੂੰ ਰਹਿ ਕੀ ਗਿਆ ਦਾਦੀ ਕੋਲ, ਕੀ ਸੁਣਾਏਗਾ ਦਾਦੀ ਨੂੰ? ਹੁਣ ਜਾਓ, ਕਾਮਯਾਬ ਹੋ, ਮੈਂ ਅਰਦਾਸ ਕਰ ਦਿੱਤੀ ਹੈ, ਤੁਹਾਡਾ ਧਰਮ ਸਾਬਤ ਰਹੇ। ਕਹਿਣ ਲੱਗੇ ਨਹੀਂ ਦਾਦੀ ਮਾਂ, ਇਹ ਜਿਹੜੀ ਮੈਂ ਬੇਨਤੀ ਕਰਨ ਲੱਗਾ, ਇਹ ਬੇਨਤੀ ਆਹ ਜਿਹੜਾ ਮੇਰਾ ਵੀਰ ਹੈ ਨਾ ਫਤਿਹ ਸਿੰਘ, ਇਹ ਪਿਤਾ ਜੀ ਦੇ ਪਿਆਰ ਨੇ, ਤੁਹਾਡੇ ਪਿਆਰ ਨੇ ਕੁਛ ਥੋੜ੍ਹਾ ਜਿਹਾ ਨਾ ਜਿੱਦੀ ਬਣਾ ਦਿੱਤਾ। ਤੁਸੀਂ ਨਹੀਂ ਦੇਖਦੇ ਰਹੇ, ਗੱਲ ਗੱਲ 'ਚ ਰੁੱਸ ਜਾਂਦਾ ਸੀ ਇਹ। ਵੱਡੇ ਵੀਰ ਮਨਾਉਂਦੇ ਸੀ, ਕਦੇ ਮੈਂ ਮਨਾਉਂਦਾ ਸੀ, ਕਦੇ ਮਾਤਾ ਮਨਾਉਂਦੀਆਂ ਸੀ, ਇਹਨੂੰ ਸੁਭਾਅ ਬਣ ਗਿਆ ਰੁੱਸਣ ਦਾ। ਮੈਨੂੰ ਗੱਲ ਲੱਗਦੀ ਹੈ ਮਾਤਾ ਜੀ, ਜਦੋਂ ਸੱਚਖੰਡ ਗਏ ਨਾ ਅਸੀਂ ਦੋਨੇ, ਇਹਨੇ ਸੱਚਖੰਡ 'ਚ ਤੁਹਾਨੂੰ ਲੱਭਦਿਆਂ ਫਿਰਨਾ, ਮੇਰੀ ਦਾਦੀ ਮਾਂ ਕਿੱਥੇ ਹੈ? ਜੇ ਸੱਚਖੰਡ 'ਚ ਤੁਸੀਂ ਨਾ ਹੋਏ, ਇਹਨੇ ਜਿੱਦ ਕਰਨੀ ਹੈ, ਮੈਂ ਅਜੇ ਸੱਚਖੰਡ 'ਚ ਨਹੀਂ ਜਾਣਾ ਚਾਹੁੰਦਾ ਜਿਹਦੀ ਮੇਰੀ ਦਾਦੀ ਮਾਂ ਨਹੀਂ ਹੈ। ਤੁਸੀਂ ਹੁਣ ਬਹੁਤੀ ਦੇਰ ਨਾਲ ਆਇਓ, ਜਲਦੀ ਆ ਜਾਇਓ, ਇਹ ਤੁਹਾਡੀ ਸੰਭਾਲਣ ਦਾ ਹੈ। ਕਹਿੰਦੇ ਮਾਤਾ ਉਸ ਵੇਲੇ ਕਹਿਣ ਲੱਗੀ, ਬੇਟਾ ਮੈਂ ਤਾਂ ਜਿਉਂਦੀ ਤੁਹਾਡੇ, ਤੁਸੀਂ ਮੇਰੇ ਸਵਾਸ ਹੋ, ਸਵਾਸਾਂ ਤੋਂ ਬਿਨਾਂ ਕਦੇ ਬੰਦਾ ਜਿਉਂਦਾ ਹੈ? ਤੁਹਾਡੇ ਮਗਰੇ ਆਵਾਂਗੀ, ਤੁਹਾਡੇ ਨਾਲ ਇਹ ਸੱਚਖੰਡ ਜਾਵਾਂਗੀ, ਅਤੇ ਇੱਥੋਂ ਇਹ ਸੱਚਖੰਡ ਦੇ ਵਾਸੀ ਬਣ ਕੇ ਅਮਰ ਰੂਹਾਂ, ਜਿਨ੍ਹਾਂ ਦੀ ਯਾਦ ਵਿੱਚ ਅੱਜ ਸਾਰੀ ਰਾਤ ਤੁਸੀਂ, ਜਿਨ੍ਹਾਂ ਨੇ ਹੰਝੂ ਵਹਾਏ, ਅਤੇ ਉਹਨਾਂ ਨੇ ਮੈਂ ਸਮਝਦਾ ਕੁਛ ਨਾ ਕੁਛ ਇਹ ਰਿਣ ਮੋੜ ਦਿੱਤਾ ਤੁਹਾਡੇ ਵਾਸਤੇ, ਸਾਡੇ ਵਾਸਤੇ, ਜਿਨ੍ਹਾਂ ਨੇ ਆਪਣਾ ਖੂਨ ਡੋਲਿਆ, ਅਤੇ ਸਾਡੇ ਕੋਲ ਭੁੱਲ ਭੁਲੇਖੇ ਵੀ ਕਿਤੇ ਹੰਝੂ ਨਾ ਡੋਲੇ ਉਹਨਾਂ ਨੂੰ ਯਾਦ ਕਰਕੇ। ਰਹਿਣ ਸੁਆਈ ਦੇ ਵਿੱਚ ਸਾਰੀਆਂ ਸੰਗਤਾਂ ਦਾ ਸਵਾਗਤ ਹੈ, ਅਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ, ਸੰਤ ਬਾਬਾ ਲਖਵੀਰ ਸਿੰਘ ਜੀ, ਸੰਤ ਬਾਬਾ ਹਰਨੇਕ ਸਿੰਘ ਹੋਰਾਂ ਵੱਲੋਂ, ਦਾਸਾਂ ਵੱਲੋਂ, ਆਪ ਜਿੰਨੇ ਕਦਮ ਚੱਲ ਕੇ ਆਇਓ ਦਾਸਾਂ ਦੇ ਸਿਰ ਮੱਥੇ, ਆਓ ਮਹਾਂਪੁਰਖਾਂ ਤੋਂ ਲਾਭ ਪ੍ਰਾਪਤ ਕਰੀਏ। ਦੋਨਾਂ ਮਹਾਂਪੁਰਖਾਂ ਦਾ ਸਮਾਂ ਇਸੇ ਤਰ੍ਹਾਂ ਆਪ ਜੀ ਨੇ ਮਹਾਂਪੁਰਖਾਂ ਦੇ ਪ੍ਰਵਚਨ ਸਰਵਣ ਕਰਨੇ ਨੇ। ਇਹ ਰਾਤ 365 ਰਾਤਾਂ ਵਿੱਚ ਇੱਕ ਰਾਤ ਸ਼ਹੀਦਾਂ ਨੂੰ, ਜਿਨ੍ਹਾਂ ਨੇ ਆਪਣੇ ਜਿਸਮ ਦੇ ਦਿੱਤੇ, ਜਿਨ੍ਹਾਂ ਨੇ ਆਪਣਾ ਖੂਨ ਦੇ ਦਿੱਤਾ, ਅਤੇ ਉਹਨਾਂ ਦੇ ਲਈ ਇੱਕ ਰਾਤ ਵੀ ਜੇ ਸਾਡੇ ਕੋਲ ਨਹੀਂ ਤਾਂ ਫਿਰ ਸਾਡੇ ਕੋਲ ਕੁਛ ਵੀ ਨਹੀਂ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ